पग दी ते जिहड़ी शान हैगी है उहदे नाल नाल उहनां दी जिहड़ी स्माइल दी शान हैगी है उह स्माइल ते पग ने मोर दैन 36 ईयर्स हो गए इस पंजाबी म्यूजिक इंडस्ट्री ते उसे तरह राज कर रही है जिस तरह कि एक पग नूं ते इक स्माइल नूं करना चाहिदा है ते असी हुण वेलकम करदे हां उहनां दा अपने स्टूडियो दे विच। सत श्री अकाल मलकीत जी। हाँ जी सत श्री अकाल जी। सिमरत जी की हाल ठीक ठाक हो और सारे ही जस पंजाबी वेखण वाले दर्शकां नूं मेरे वल्लों बहुत बहुत प्यार भरी सत श्री अकाल। ते जस हिंदी वाले भी ने ना उन्होंने भी तो कहना है हिंदी वाले भी आपको भी बहुत बहुत नमस्कार जी मेरे तरफ से बहुत बहुत नमस्कार। देखो मैं बस स्माइल ही मैनू चाहिदी सीगी। देखो वैसे किन्ने काम तो थोड़े सिर्फ स्माइल नाल ही बन जांदे होणगे ना बल्कि जी। हाँ बिल्कुल जी बिल्कुल करके क्योंकि देख लो फिर हो गया काम। ये स्माइल विच भी एक अपने काम है क्योंकि स्माइल जेड़ी है वो बहुत जरूरी होनी चाहिए और अंदरों निकलनी चाहिए है फिर लोगों पे असर करती है। हाँ ते अंदरों तो ताइयों निकलती है जो जेड़े सामने बंदे का मन खुश हो पे जी बंदे का मन खुश हो पे अंदर खुश हो पे बिल्कुल। बट कई बार जेड़े आर्टिस्ट होंगे ने ना मन खुश रखना भी पैंदा उन्हां नूं होरां लई अपने फैंस दे लई है ना। हाँ बिल्कुल बिल्कुल जी क्योंकि वैसे भी जेड़ा कोई भी जरूरी नहीं है तुसीं मतलब जेड़ा आर्टिस्ट ही हर बंदे नूं खुश रहना चाहीदा और क्योंकि जिंदगी दे विच उतरां चढ़ाव तां दुनिया च आउंदे रहिंदे रहिंदे ने लेकिन तुसीं जदों अपने आप नूं खुश रखोगे तुहाडा मन खुश है तां कहिंदे वी मन जीते जग जीत। तुसीं मन ते तुहाडा खुश है तुसीं जग नूं जीत सकदे आ तुसीं लोकां नूं वधिया ढंग दे नाल जे तुसीं गुस्से दे मूड च रहोगे जां वी हमेशा ही उह गल चुगलियां दे मूड च रहोगे तां फिर ਤੁਹਾਡਾ ਮੂਡ ਉਹਨਾਂ ਨਹੀਂ ਲੋਕ ਤੁਹਾਨੂੰ ਪਸੰਦ ਕਰਨਗੇ। ਵੈਸੇ ਮੈਂ ਕਦੇ ਤੁਹਾਨੂੰ ਗੁੱਸੇ ਦੇ ਮੂਡ 'ਚ ਦੇਖਿਆ ਨਹੀਂ। ਦਿਖਾਓ ਤਾਂ ਸਹੀ ਕਿਸ ਤਰ੍ਹਾਂ ਦੇ ਲੱਗਦੇ ਹੋ ਗੁੱਸਾ ਕਰਕੇ ਮੂੰਹ ਬਣਾ ਕੇ। ਮੈਂ ਫਿਲਮ ਕੀਤੀ ਸੀਗੀ ਮਹਿੰਦੀ ਸ਼ਗਨਾਂ ਦੀ ਤੇ ਉਹਦੇ ਵਿੱਚ ਨਾ ਲੜਾਈ ਦਾ ਸੀਨ ਸੀਗਾ ਇੱਕ ਤੇ ਮਤਲਬ ਮੈਂ ਮਤਲਬ ਗਨ ਲੈ ਕੇ ਜਾਣਾ ਸੀਗਾ ਐਂਡ ਤੇ ਕਲਾਈਮੈਕਸ ਤੇ ਹੁੰਦਾ ਬੰਦਾ ਫੜਿਆ ਤੇ ਤੁਸੀਂ ਪੂਰੇ ਜੋਸ਼ ਨਾਲ ਜਾਣਾ ਲੰਬੜਦਾਰਾ ਛੱਡਦੇ ਮੇਰੇ ਵੀਰ ਨੂੰ ਨਹੀਂ ਤਾਂ ਮੈਂ ਤੇਰੇ ਗੋਲੀ ਮਾਰ ਦੂੰਗਾ। ਉਹ ਮੇਰੇ ਕਹਿੰਦੇ ਜੀ ਫੇਸ ਤੇ ਗੁੱਸਾ ਲਿਆ ਸੋ ਮੈਂ ਬਹੁਤ ਟ੍ਰਾਈ ਕਰਦਾ ਸੀ ਪਰ ਗੁੱਸਾ ਆ ਨਹੀਂ ਸੀ ਰਿਹਾ ਸੋ ਮੈਨੂੰ ਲੱਗਦਾ ਨਹੀਂ ਪਤਾ ਨਹੀਂ ਕਿੱਦਾਂ ਮੈਂ ਹੁਣ ਗੁੱਸਾ ਤੁਹਾਨੂੰ ਕਿਵੇਂ ਦਿਖਾਉਣਾ। ਚਲੋ ਮੈਂ ਰੱਬ ਕਰੇ ਵੀ ਕਿ ਗੁੱਸਾ ਨਾ ਹੀ ਆਵੇ ਤੁਸੀਂ ਉਸ ਸੀਨ ਦੇ ਵਿੱਚ ਗੋਲੀ ਵੈਸੇ ਮਾਰੀ ਜਾਂ ਨਹੀਂ ਮਾਰੀ ਪਰ ਤੁਸੀਂ ਗੁੱਸੇ ਨੂੰ ਗੋਲੀ ਮਾਰੀ ਹੋਈ ਸੀ ਹੈ ਨਾ। ਬਿਲਕੁਲ ਬਿਲਕੁਲ ਠੀਕ ਹੈ ਤੇ ਤੁਸੀਂ ਕਿਹਾ ਸੀਗਾ ਬਈ ਜ਼ਿੰਦਗੀ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ ਇਸੇ ਤਰ੍ਹਾਂ ਜਿਹੜਾ ਦੁਨੀਆ ਦਾ ਔਰਾ ਮੂਰਾ ਵੀ ਬਦਲਦਾ ਹੀ ਰਹਿੰਦਾ ਹੈ ਕਦੇ ਕਦੇ ਹੈ ਨਾ। ਹਾਂਜੀ ਹਾਂਜੀ ਬਿਲਕੁਲ ਤੁਸੀਂ ਤਾਂ ਮਤਲਬ ਕਾਫੀ ਚਿਰ ਹੋ ਗਿਆ ਬਹੁਤ ਸਾਰੇ ਔਰੇ ਮੁਰੇ ਇਸ ਆਪਣੇ ਆਲੇ ਦੁਆਲੇ ਵੀ ਬਦਲਦੇ ਹੋਏ ਵੇਖੇ ਹੋਣੇ ਆ ਤੇ ਹੁਣ ਵੀ ਦੁਨੀਆ ਦਾ ਔਰਾ ਮੁਰਾ ਆਬੋ ਹਵਾ ਜਿਹੜੀ ਬਦਲੀ ਹੋਈ ਹੈ ਤੇ ਇਹ ਜਿਹੜਾ ਸਾਰਾ ਕੁਝ ਬਦਲਿਆ ਇਸ ਬਦਲਾਅ ਦੇ ਵਿੱਚ ਤੁਸੀਂ ਆਪਣੇ 'ਚ ਕੀ ਬਦਲਿਆ? ਦੇਖੋ ਜੀ ਕੋਸ਼ਿਸ਼ ਕੀਤੀ ਹੈ ਕਿ ਸਮੇਂ ਦੇ ਨਾਲ ਨਾਲ ਤੁਸੀਂ ਵੀ ਬਦਲੋ ਮਿਊਜ਼ਿਕ ਨੂੰ ਵੀ ਬਦਲਿਆ ਜਾਵੇ ਕਿਉਂਕਿ ਜ਼ਰੂਰੀ ਨਹੀਂ ਹੈਗਾ ਤੁਸੀਂ ਇੱਕੋ ਹੀ ਤਰ੍ਹਾਂ ਦੇ ਮਿਊਜ਼ਿਕ ਮਤਲਬ ਪ੍ਰੋਡਿਊਸ ਕਰਨਾ। ਤੁਸੀਂ ਮਤਲਬ ਮੈਂ ਸ਼ੁਰੂ ਤੋਂ ਆਪ ਪ੍ਰੋਡਿਊਸਰ ਰਿਹਾ ਜਿੰਨੀਆਂ ਐਲਬਮ ਮੈਂ ਰਿਲੀਜ਼ ਕੀਤੀਆਂ ਜਿੰਨੀਆਂ ਵੀਡੀਓ ਬਣਾਈਆਂ ਮਤਲਬ ਇਹਦਾ ਮਤਲਬ ਮੈਂ ਕਿਸੇ ਤੇ ਬਲੇਮ ਨਹੀਂ ਕਰ ਸਕਦਾ ਕਿ ਫਲਾਣੇ ਡਾਇਰੈਕਟਰ ਨੇ ਜਾਂ ਫਲਾਣੇ ਵੀਡੀਓ ਡਾਇਰੈਕਟਰ ਨੇ ਮੇਰੀ ਵੀਡੀਓ ਗਲਤ ਬਣਾਤੀ ਜਾਂ ਕੁਛ ਕਿਉਂਕਿ ਸ਼ੁਰੂ ਤੋਂ ਹੀ ਸਾਰਾ ਹੀ ਮਿਊਜ਼ਿਕ ਖੁਦ ਪ੍ਰੋਡਿਊਸ ਕੀਤਾ ਤੇ ਉਹਦੇ ਨਾਲ ਹਰ ਐਲਬਮ ਜਿਹੜੀ ਸੀ ਉਹ ਸਮੇਂ ਦੇ ਨਾਲ ਅਸੀਂ ਚੇਂਜ ਕਰਦੇ ਆਏ ਸਮੇਂ ਦੇ ਨਾਲ ਨਾਲ ਉਹਦੀਆਂ ਵੀਡੀਓ ਤਰੀਕੇ ਦੀਆਂ ਬਣਾਉਂਦੇ ਰਹੇ ਸੋ ਮੇਰੇ ਹਿਸਾਬ ਨਾਲ ਕਿ ਸਮੇਂ ਦੇ ਨਾਲ ਨਾਲ ਬੰਦੇ ਨੂੰ ਚੇਂਜ ਵੀ ਹੋਣਾ ਚਾਹੀਦਾ ਤੇ ਜਿਵੇਂ ਫੈਸ਼ਨ ਆ ਕਿ ਫੈਸ਼ਨ ਜਿਹੜਾ ਅੱਜ ਕੱਪੜਾ ਆਪਣੇ ਪਾਇਆ ਇਹ ਹੋਸ਼ ਅਮੀਨਾਂ ਨੂੰ ਚੇਂਜ ਹੋ ਜਾਣਾ ਤੇ ਆਪਾਂ ਉਹੀ ਸੇਮ ਚੀਜ਼ ਨਹੀਂ ਪਾ ਸਕਦੇ ਸੋ ਬੈਟਰ ਆ ਕਿ ਇਨਸਾਨ ਨੂੰ ਸਮੇਂ ਦੇ ਨਾਲ ਚੱਲਣਾ ਬਹੁਤ ਜ਼ਰੂਰੀ ਬਣ ਗਿਆ। ਸਮੇਂ ਦੇ ਨਾਲ ਨਾਲ ਜਿਹੜੀਆਂ ਆਪੇ ਤੁਸੀਂ ਆਪੇ ਗੱਲ ਕਰ ਲਈ ਕੱਪੜੇ ਵਾਲੀ ਮੈਂ ਤਾਂ ਨਹੀਂ ਤਾਂ ਮੈਂ ਜ਼ਰੂਰ ਪੁੱਛਣਾ ਸੀਗਾ ਬਿਕੋਜ਼ ਆਈ ਹੈਵ ਸੀਨ ਯੋਰ ਸੂਟਕੇਸਿਸ ਫੁੱਲ ਆਫ ਕਲਰਫੁੱਲ ਪਗੜੀਜ਼। ਹਾਂਜੀ ਬਿਲਕੁਲ ਮਤਲਬ ਇਹਨੇ ਹਰ ਡਰੈਸ ਉਹਦੇ ਨਾਲ ਇਹ ਪਗੜੀ ਹਰ ਡਰੈਸ ਉਹਦੇ ਨਾਲ ਇਹ ਪਗੜੀ ਹੈ ਨਾ ਤੇ ਸ਼ੋਪਿੰਗ ਆਪੇ ਕਰਦੇ ਹੋ ਜਾਂ ਫਿਰ ਮੈਨੂੰ ਸ਼ੋਪਿੰਗ ਦਾ ਬਹੁਤ ਜ਼ਿਆਦਾ ਚਾਅ ਆ ਜੀ ਮੈਨੂੰ ਬਹੁਤ ਸ਼ੌਂਕ ਆ ਸ਼ੋਪਿੰਗ ਦਾ ਮੈਂ ਅਮੈਰੀਕਾ ਨੂੰ ਜਦੋਂ ਵੀ ਜਾਂਦਾ
ਤੇ ਅਮਰੀਕਾ ਨੂੰ ਹਮੇਸ਼ਾ ਮੈਂ ਇੱਕ ਸੂਟਕੇਸ ਲੈ ਕੇ ਜਾਂਦਾ ਹੁੰਦਾ, ਮੇਰੀ ਵਾਈਫ ਹਮੇਸ਼ਾ ਕਹਿੰਦੀ ਹੁੰਦੀ ਹੁਣ ਸੂਟਕੇਸ ਨਾਲ ਹੋਰ ਲੈ ਕੇ ਆਏ ਕਰਕੇ ਪੱਕਾ ਮੇਰਾ ਇੱਕ ਸੂਟਕੇਸ ਹੋਰ ਹੁੰਦਾ ਤੇ ਉੱਥੋਂ ਸਾਰੀ ਸ਼ੋਪਿੰਗ ਕਰਕੇ ਲਿਆਉਣੀ ਤੇ ਮਤਲਬ ਡਿਫਰੈਂਟ ਡਿਫਰੈਂਟ ਕਲਰ ਮੈਚਿੰਗ ਕਲਰ ਸੋ ਮੈਨੂੰ ਮੈਨੂੰ ਸ਼ੌਂਕ ਆ ਜੀ। ਔਰ ਪੱਗਾਂ ਦਾ ਤਾਂ ਫਿਰ ਬਿਲਕੁਲ ਸਰਦਾਰ ਬੰਦੇ ਦੀ ਤਾਂ ਪੱਗ ਦੇ ਨਾਲ ਹੀ ਤਾਂ ਸਾਰੀ ਸ਼ਾਨ ਹੈ। ਔਰ ਸਰਦਾਰ ਬੰਦੇ ਦੀ ਪੱਗ ਚੰਗੀ ਹੋਵੇ ਉਹਨੂੰ ਕੋਈ ਬੰਦਾ ਕਹਿ ਦੇਵੇ ਵੀ ਤੇਰੀ ਅੱਜ ਪੱਗ ਬੜੀ ਵਧੀਆ ਹੈ, ਉਹ ਤੇ ਬੰਦਾ ਐਂ ਹੋ ਜਾਂਦਾ ਖੁਸ਼ ਸਰਦਾਰ ਬੰਦਾ ਵੀ ਵਾਕਿਆ ਹੀ ਅੱਜ ਮੇਰੀ ਦਿਹਾੜੀ ਪੈ ਗਈ ਹੈ। ਸੋ ਕੱਪੜੇ ਚੰਗੇ ਪਾਉਣੇ ਔਰ ਸੂਟ ਕਰਦੇ ਹੋਣੇ ਚਾਹੀਦੇ ਬੰਦੇ ਨੂੰ। ਮੈਂ ਕਈ ਵਾਰੀ ਕਲਾਕਾਰਾਂ ਨੂੰ ਹੱਸਦਾ, ਮੈਂ ਕਈ ਕਲਾਕਾਰ ਜਿਵੇਂ ਉਹ ਪਾਟੀਆਂ ਪੁੱਟੀਆਂ ਪੈਂਟਾਂ ਜਾਂ ਮਤਲਬ 25-30 ਜੇਬਾਂ ਵਾਲੀਆਂ ਪੈਂਟਾਂ ਜਾਂ ਹੋਰ ਤਰ੍ਹਾਂ ਦਾ ਮਤਲਬ ਕਈ ਵਾਰੀ ਤੁਹਾਨੂੰ ਹਾਸਾ ਆਉਣਾ ਉਹਨਾਂ ਨੂੰ ਦੇਖ ਕੇ। ਸਿੰਪਲ ਤੇ ਬੈਸਟ ਹੋਣਾ ਚਾਹੀਦਾ। ਸੋ ਮੈਂ ਕੋਸ਼ਿਸ਼ ਕਰਦਾ ਕਿ ਉਹ ਸਿੰਪਲ ਵੀ ਹੋਵੇ ਤੇ ਜਿੱਦਾਂ ਅੱਖਾਂ ਨੂੰ ਚੰਗਾ ਵੀ ਲੱਗੇ। ਕੱਪੜਾ ਵੀ ਉਹ ਪਾਓ ਜਿਹੜਾ ਸੂਟ ਕਰੇ, ਗੱਲ ਵੀ ਉਹ ਕਰੋ ਜਿਹੜੀ ਸੂਟ ਕਰੇ, ਤੇ ਗਾਣਾ ਵੀ ਉਹ ਗਾਓ ਜਿਹੜਾ ਸੂਟ ਕਰੇ। ਸੂਟ ਕਰੇ ਜਾਣੀ ਖਾਣਾ ਗਾਣਾ ਇਹ ਮਤਲਬ ਕੱਪੜੇ ਪਹਿਨਣਾ ਇਹ ਸਾਰਾ ਲੋਕਾਂ ਦੀ ਇੱਦਾਂ ਦੀ ਕਹਾਵਤ ਆ ਜੀ ਨੇ, ਖਾਓ ਮਨ ਪਾਉਂਦਾ ਤੇ ਪਹਿਨੋ ਪਹਿਨੋ ਕਹਿੰਦੇ ਜਗ ਪਾਉਂਦਾ। ਜਿਹੜੇ ਲੋਕਾਂ ਨੂੰ ਚੰਗਾ ਲੱਗੇ, ਲੋਕਾਂ ਨੂੰ ਤੁਹਾਨੂੰ ਅੱਖਾਂ ਨੂੰ ਵਧੀਆ ਲੱਗੇ ਕਿ ਯਾਰ ਆ ਸੋਹਣੀ ਸ਼ਰਟ ਆ, ਸੋਹਣੀ ਪੱਗ ਆ ਤੇ ਸੋਹਣਾ ਸੋਹਣੇ ਕੱਪੜੇ ਵਟਾ। ਤੇ ਜਦੋਂ ਇਹ ਸੋਹਣੇ ਜੇ ਸਰਦਾਰ ਆਪਣੇ ਮੁਲਕ ਨੂੰ ਛੱਡ ਕੇ ਦੂਜੇ ਮੁਲਕ 'ਚ ਗਏ ਹੈ ਨਾ, ਤੇ ਦੂਜੇ ਮੁਲਕ ਦੀਆਂ ਹਵਾਵਾਂ ਨੂੰ ਅਪਣਾਉਂਦੇ ਹੋਏ ਤੁਹਾਨੂੰ ਕਿੰਨਾ ਕੁ ਟਾਈਮ ਲੱਗਿਆ ਉੱਥੇ ਐਡਜਸਟ ਹੋਣ ਦੇ ਨੂੰ? ਬਹੁਤ ਬਹੁਤ ਪਹਿਲੋਂ ਪਹਿਲਾਂ ਤਾਂ ਬਹੁਤ ਬਹੁਤ ਉਦਾਸੀ ਸੀ, ਬਿਕੋਜ਼ ਮੈਂ ਕਦੇ ਆਪਣੇ ਘਰ ਤੋਂ ਬਾਹਰ ਹੀ ਨਹੀਂ ਸੀ ਰਿਹਾ। ਮੈਂ ਕਾਲਜ ਪੜ੍ਹਦੇ ਸੀਗੇ, ਕਾਲਜ ਤੋਂ ਸਿੱਧੇ ਘਰ ਅਤੇ ਘਰੋਂ ਕਾਲਜ ਜਾਂ ਕਿਤੇ ਇੱਕ ਅੱਧੀ ਰਾਤ ਕੋਈ ਜਿੱਦਾਂ ਕੋਈ ਕੰਪੀਟੀਸ਼ਨ ਹੈ ਜਾਂ ਕੁਛ ਉੱਥੇ ਬਾਹਰ ਜਾਣਾ। ਪਰ ਬਾਹਰ ਆਣ ਕੇ ਤੁਸੀਂ ਇੰਨਾ ਚਿਰ ਰਹੋਗੇ। ਔਰ ਦੂਸਰੀ ਗੱਲ ਕਿ ਇੱਥੇ ਇੰਗਲੈਂਡ 'ਚ ਮੈਂ ਦੱਸਣਾ ਚਾਹੁੰਦਾ, ਮੈਂ ਇੰਗਲੈਂਡ 'ਚ ਰਹਿੰਦਾ ਅਤੇ ਇੰਗਲੈਂਡ 'ਚ ਜਦੋਂ ਆਏ ਹਾਂ ਅਤੇ ਕੋਈ ਰਿਸ਼ਤੇਦਾਰ ਵੀ ਨਹੀਂ ਸੀਗਾ, ਕੋਈ ਮਤਲਬ ਰਿਸ਼ਤੇਦਾਰ ਸਾਕ ਸੰਬੰਧੀ ਵੀ ਨਹੀਂ ਸੀਗਾ। ਸੋ ਉਹ ਟਾਈਮ ਜਿਹੜਾ ਪਹਿਲੇ 3-4 ਸਾਲ ਜਿਹੜੇ ਸੀ ਉਹ ਮੇਰੇ ਲਈ ਬਹੁਤ ਔਖੇ ਸੀਗੇ। ਬੜੇ ਉਹਦੇ ਉਸ ਟਾਈਮ 'ਚ ਬੜੇ ਗਾਣੇ ਲਿਖੇ, ਮਾਈ ਨਹੀਂ ਮੇਰਾ ਚਿੱਤ ਕਰਦਾ ਨਹੀਂ ਮੈਂ ਮੁੜ ਵਤਨਾਂ ਨੂੰ ਜਾਵਾਂ, ਜਾਂ ਮਾਵਾਂ ਠੰਡੀਆਂ ਛਾਵਾਂ, ਪੁੱਤ ਪਰਦੇਸੀ ਹੁਣ ਜਿਨ੍ਹਾਂ ਦੇ ਰਾਹਵਾਂ ਅੜੀਕਣ ਮਾਵਾਂ। ਉਹ ਜਿਹੜੇ ਪੁਰਾਣੇ ਗਾਣੇ ਸੀਗੇ ਉਹ ਸਾਰੇ ਮੈਂ ਚਾਹੁੰਦਾ ਇੱਕ ਮਾਹੌਲ ਜਿਹੜਾ ਨਾ ਉਹ ਸਾਨੂੰ ਗੀਤ ਲਿਖਣ ਲਈ ਮਜਬੂਰ ਕਰਦਾ। ਤੇ ਉਹ ਗੀਤ ਉਸ ਟਾਈਮ ਦੇ ਨੇ, ਕਿਉਂਕਿ ਫਿਰ ਪੰਜਾਬ ਮੇਰਾ ਰਹੇ ਵਸਦਾ, ਫੁੱਲ ਖਿੜਿਆ ਸਭ ਦੇ ਮਨ ਪਾਉਂਦਾ। ਸੋ ਉਹ ਜਿਹੜਾ ਟਾਈਮ ਸੀਗਾ ਬਗੈਰ ਫੈਮਿਲੀ ਤੋਂ, ਬਗੈਰ ਪਰਿਵਾਰ ਤੋਂ, ਸਾਰੇ ਤੋਂ, ਈਵਨ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਮੇਰਾ ਇੱਥੇ ਆਣ ਕੇ ਵਿਆਹ ਹੋ ਗਿਆ। ਜਦੋਂ ਵਿਆਹ ਸੀਗਾ ਤੇ ਵਿਆਹ ਤੇ ਹੁਣ ਜਨੇਤ ਜਾਣ ਲਈ ਹਜੇ ਸੀ ਮੇਰੇ ਕੋਲ ਕੋਈ ਕਿ ਮਤਲਬ ਬਰਾਤ ਕਿੰਨੀ ਹੋਣੀ ਚਾਹੀਦੀ, ਤੇ ਉਹ ਮਤਲਬ ਮੇਰੇ 2-3-4 ਫਰੈਂਡ ਸੀਗੇ। ਸੋ ਉਹਨਾਂ ਨੂੰ ਨਾਲ ਲੈ ਕੇ, ਕੁਛ ਕੁੜੀ ਵਾਲਿਆਂ ਪਾਸੋਂ ਲੈ ਕੇ ਅਸੀਂ ਇੱਕ ਮਤਲਬ ਜਨੇਤ ਦਾ ਬਣਾਇਆ ਮੂਡ ਜਿਹਾ। ਤੇ ਹੁਣ ਜਦੋਂ ਮੈਂ ਵੱਡੇ ਵੱਡੇ ਵਿਆਹ ਦੇਖਦਾ ਤੇ ਬੜਾ ਮਨ ਕਰਦਾ ਕਿ ਯਾਰ ਕਮਾਲ ਲੋਕਾਂ ਦੇ ਵਿਆਹ ਏਡੇ ਏਡੇ ਕਰ ਦਿੱਤੇ। ਜਦੋਂ ਸਾਡਾ ਹੋਇਆ ਸੀ ਤਾਂ ਸਾਡੇ ਵੈਸੇ ਉਦੋਂ ਸਾਡੇ ਨਾਲ ਕੋਈ ਜਨੇਤ ਵੀ ਜਾਣ ਵਾਲਾ ਨਹੀਂ ਸੀਗਾ। ਉਹ ਟਾਈਮ ਜਿਹੜੇ ਸੀਗੇ ਉਹ ਬੜੇ ਔਖੇ ਸੀ, ਉਦੋਂ ਆਪਣੇ ਬੰਦੇ ਵੀ ਇੱਥੇ ਥੋੜ੍ਹੇ ਹੁੰਦੇ ਸੀ। ਸੋ ਹੁਣ ਤਾਂ ਬੰਦੇ ਵੀ ਆਪਣੇ ਕਾਫੀ ਹੋ ਗਏ ਤੇ ਬਾਅਦ 'ਚ ਹੁਣ ਫੈਮਿਲੀ ਸਾਰਾ ਹੁਣ ਪਰਿਵਾਰ ਇੱਥੇ ਆ ਤੇ ਹੁਣ ਪੰਜਾਬੀ ਫੈਮਿਲੀ। ਤੇ ਹੁਣ ਕਿਸੇ ਐਨਿਵਰਸਰੀ ਤੇ ਦੁਬਾਰਾ ਕਰ ਲਓ ਨਾ ਵੱਡਾ ਸਾਰਾ ਵਿਆਹ। ਹਾਂਜੀ ਕਈ ਵਾਰੀ ਲੱਗਦਾ ਏਦਾਂ ਹੀ ਆ ਜੀ ਕਿ ਮਤਲਬ ਆ ਹੁਣ ਦੇਖਦੇ ਆ ਸ਼ਾਇਦ ਕਿਤੇ ਹੁੰਦੇ ਕਿ ਜਦੋਂ ਕੋਈ ਵੱਡੀ ਐਨਿਵਰਸਰੀ ਆਉਂਦੀ ਹੈ ਤੇ ਉਦੋਂ ਕੋਈ ਆਪਣੇ ਚਾਅ ਮਲਾਪ ਪੂਰੇ ਕਰਦੇ ਆ। ਕਿਉਂਕਿ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ, ਮੈਂ ਇੱਕ ਦੋ ਵਾਰੀ ਨਾ ਅਮਰੀਕਾ ਦੇ ਵਿੱਚ, ਹੁਣ ਅਮਰੀਕਾ ਵਾਲੇ ਜਿਹੜੇ ਆ ਉਹ ਮੈਕਸੀਕੋ 'ਚ ਵਿਆਹ ਕਰਨ ਲੱਗਦਾ ਜਾਂ ਪਾਰਟੀਆਂ ਕਰਨ ਲੱਗ ਗਿਆ ਨਾਲ ਨੇੜੇ ਲੱਗਦਾ। ਤੇ ਉਹ ਬੰਦੇ ਨੇ ਮੈਨੂੰ ਇੱਕ ਵਾਰੀ ਗੱਲ ਬੜੀ ਚੰਗੀ ਲੱਗੀ, ਕਹਿੰਦੇ ਭਾਜੀ ਵੀ ਮੇਰੀ 25ਵੀਂ ਐਨਿਵਰਸਰੀ ਆ ਤੇ ਮੈਂ ਤੁਹਾਨੂੰ ਇਸ ਕਰਕੇ ਸੱਦਿਆ। ਤੇ ਮੈਂ ਕਿਹਾ ਯਾਰ ਵੀ ਪਹਿਲੋਂ ਉਦੋਂ ਵਿਆਹ ਤੇ ਕਿਉਂ ਨੀ ਸੱਦਿਆ? ਕਹਿੰਦੇ ਯਾਰ ਤੁਸੀਂ ਬਿਲੀਵ ਕਰੋਗੇ ਸਾਡੀ ਸੀਗੀ ਮਤਲਬ ਇੱਛਾ ਸੀ ਉਦੋਂ ਵੀ ਸੱਦਣ ਦੀ, ਪਰ ਉਦੋਂ ਪੈਸੇ ਹੈ ਨੀ ਸੀਗੇ, ਤੁਹਾਨੂੰ ਅਫੋਰਡ ਨੀ ਸੀ ਕਰ ਸਕਦੇ। ਹੁਣ ਕੰਮ ਕਾਰ ਕਰਕੇ ਆਪਣੇ ਬਿਜ਼ਨਸ ਵਿੱਚ ਸੈਟਿਆ ਕਿ ਅਸੀਂ ਸੋਚਿਆ ਯਾਰ ਵੀ ਸੱਦਣਾ ਮਨਕੀਤ ਸਿੰਘ ਨੂੰ ਹੀ ਆ ਤੇ ਆਪਣੀ 25th ਐਨਿਵਰਸਰੀ ਤੇ ਅਸੀਂ ਉਹਨੇ ਵਿਆਹ ਵਾਂਗ ਦੁਆਰਾ ਕਰਨਾ। ਸੋ ਏਦਾਂ ਦੀ ਕੋਈ ਗੱਲਬਾਤ ਹੋਈ ਤਾਂ ਜ਼ਰੂਰ ਦੁਆਰਾ ਖੁਸ਼ੀ ਕਰਾਂਗੇ। ਪਰ ਜਦੋਂ ਕਹਿਣ ਦਾ ਮਤਲਬ ਉਹ ਟਾਈਮ ਜਿਹੜੇ ਸੀਗੇ ਉਹ ਬੜੇ ਔਖੇ ਸੀਗੇ। ਇੱਥੇ ਜਦੋਂ ਆਏ ਆ ਇਕੱਲੇ ਇਕੱਲੇ ਰਹਿੰਦੇ ਹੁੰਦੇ ਸੀ, ਸਵੇਰੇ ਕੰਮ ਤੇ ਜਾਣਾ, ਸ਼ਾਮ ਨੂੰ ਮੁੜ ਕੇ ਆਉਣਾ, ਸਵੇਰੇ ਫਿਰ ਕੰਮ ਤੇ ਚੱਲ ਜਾਣਾ, ਫਿਰ ਸ਼ਾਮ ਨੂੰ ਮੁੜ ਕੇ ਆਉਣਾ। ਸੋ ਉਹ ਬੜੇ ਕੰਮ ਟਾਈਮ ਬੜੇ ਔਖੇ ਸੀ। ਉਸ ਤੋਂ ਬਾਅਦ ਜਦੋਂ ਫਿਰ ਪ੍ਰੋਗਰਾਮ ਸ਼ੁਰੂ ਹੋ ਗਿਆ, ਟੂਰ ਲੱਗਣੇ ਸ਼ੁਰੂ ਹੋ ਗਿਆ, ਫਿਰ ਦੋਸਤੀ ਮੁਹੱਬਤ ਪਿਆਰ ਲੋਕਾਂ ਦੇ ਨਾਲ ਲੋਕ ਜੁੜ ਗਏ, ਸੋ ਫਿਰ ਉਸ ਤੋਂ ਬਾਅਦ ਫਿਰ ਦਿਲ ਲੱਗਣਾ ਸ਼ੁਰੂ। ਤਾਂ ਫਿਰ ਜਿਹੜੇ ਗੀਤ ਉਸ ਵੇਲੇ ਦਿਮਾਗ 'ਚ ਦਿਲ 'ਚ ਵਸਦੇ ਸੀਗੇ, ਕੋਈ ਗੀਤ ਸਾਂਝਾ ਕਰੋਗੇ ਸਾਡੇ ਨਾਲ ਇਸ ਵੇਲੇ, ਕੁਛ ਸੁਣ ਸਕਦੇ ਹਾਂ? ਬਿਲਕੁਲ ਬਿਲਕੁਲ ਜੀ, ਗੁਰਨਾਮ ਇਸ਼ਕ ਮਿੱਠਾ ਮੇਰਾ ਪਹਿਲੀ ਐਲਬਮ ਦਾ ਗੀਤ ਸੀਗਾ,
ਜਿਹੜਾ ਮੇਰਾ ਖਿਆਲ ਹਰ ਪਾਰਟੀ ਚ ਹਰ ਮਤਲਬ ਪ੍ਰੋਗਰਾਮ ਤੇ ਉਹ ਤੋਂ ਬਗੈਰ ਕੋਈ ਪ੍ਰੋਗਰਾਮ ਨਹੀਂ ਹੋ ਸਕਦਾ। ਤੇ ਉਹ ਗੀਤ ਜਿਹੜਾ ਸੀਗਾ ਉਹ ਗੀਤ ਮੈਂ ਹਲੇ ਪਹਿਲੀ ਐਲਬਮ ਹੀ ਕੀਤੀ ਸੀਗੀ ਔਰ ਮੈਂ 87 ਹਾਂਜੀ 88 ਦੇ ਵਿੱਚ ਪਹਿਲੀ ਵਾਰੀ ਇੰਗਲੈਂਡ ਮਤਲਬ ਅਮਰੀਕਾ ਗਿਆ ਸੀ ਔਰ ਮੈਂ ਇੱਥੇ ਦੱਸਣਾ ਚਾਹੂੰਗਾ ਪਹਿਲੀ ਵਾਰੀ ਕੋਈ ਪੰਜਾਬੀ ਸ਼ੋ ਪਹਿਲੀ ਵਾਰੀ ਫਸਟ ਟਾਈਮ ਕੋਈ ਪੰਜਾਬੀ ਸ਼ੋ ਜਿਹੜਾ ਸੋਲਡ ਆਊਟ ਹੋਇਆ ਸੀ ਉਹ ਵੀ ਸਭ ਤੋਂ ਦੁਨੀਆਂ ਦੇ ਵੱਡੇ ਅਪੀਰਾ ਸੈਂਟਰ ਲਿੰਕਨ ਸੈਂਟਰ ਦੇ ਵਿੱਚ ਅੱਜ ਤੱਕ ਰੈਕੋਰਡ ਹੈ ਔਰ ਉਹ ਇੱਕੋ ਹੀ ਮੇਰਾ ਗੀਤ ਸੀਗਾ ਗੁਰਨਾਮ ਸਿੰਘ ਮਿੱਠਾ ਕਰਕੇ ਹਲੇ ਮੈਂ ਐਲਬਮ ਉਹ ਰਿਲੀਜ਼ ਹੀ ਕੀਤੀ ਸੀਗੀ ਤੇ ਲੋਕਾਂ ਨੂੰ ਮਤਲਬ ਇੰਨਾ ਪਿਆਰ ਇੰਨਾ ਸਤਿਕਾਰ ਉਸ ਗੀਤ ਨੂੰ ਕਿਉਂਕਿ ਪੰਜਾਬੀ ਫੋਕ ਸੀ ਅਸੀਂ ਯੂਨੀਵਰਸਿਟੀ ਚ ਕਾਲਜ ਦੇ ਵਿੱਚ ਵੀ ਉਸ ਤਰ੍ਹਾਂ ਹੀ ਗਾਉਂਦੇ ਸੀ ਉਦਾਂ ਨੇ ਉਹਨੂੰ ਰਿਕਾਰਡ ਕੀਤਾ ਥੋੜੇ ਜਿਹਾ ਮਿਊਜ਼ੀਸ਼ੀਅਨ ਲੈ ਕੇ ਮੈਂ ਗਿਆ ਔਰ ਉਹ ਲਿੰਕਨ ਸੈਂਟਰ ਵਾਲਾ ਸ਼ੋ ਮੈਨੂੰ ਕਦੇ ਨਹੀਂ ਭੁੱਲਦਾ ਤੇ ਪੈਣੀ ਜੀ ਵੀ ਇੱਕ ਵਾਰੀ ਹੁਣ ਜਦੋਂ ਅਸੀਂ ਮੈਂ ਅਮਰੀਕਾ ਗਿਆ ਮੇਰੇ ਨਾਲ ਅਸੀਂ ਜਦੋਂ ਮੋਹਰ ਦੀ ਲੰਘਦੇ ਹਾਂ ਮੈਂ ਉਸ ਹਾਲ ਨੂੰ ਵੀ ਮੱਥਾ ਟੇਕ ਕੇ ਲੰਘਦਾ ਕਿ ਮੇਰੀ ਸ਼ੁਰੂਆਤ ਇੱਥੋਂ ਹੋਈ ਸੀ ਔਰ ਵਰਲਡ ਦਾ ਸਭ ਤੋਂ ਵੱਡਾ ਬੇਰਾ ਸੈਂਟਰ ਔਰ ਇਹਨੂੰ ਮੈਂ ਸੋਲਡ ਆਊਟ ਕੀਤਾ ਸੀ। ਸੋ ਉਹ ਬਿਲਕੁਲ ਜੀ ਉਹ ਤੁੰਬੀ ਤਾਂ ਉਹ ਹਾਰਮੋਨੀਅਮ ਤੇ ਉਹ ਬੀਟ ਮੈਂ ਕੋਸ਼ਿਸ਼ ਕਰਨਾ ਤੁਹਾਨੂੰ ਥੋੜੀ ਜਿਹੀ ਬੀਟ ਵੀ ਜੇ ਮਿਲ ਜਾਏ ਮੈਨੂੰ ਤੇ ਮੈਂ ਆਪਾਂ ਕੋਈ ਉਹਦਾ ਥੋੜਾ ਜਿਹਾ ਤੁਹਾਡੇ ਨਾਲ ਕਰਦੇ ਜੀ ਸ਼ੇਅਰ ਉਸ ਗੀਤ ਨੂੰ ਅਸੀਂ ਬੀਟ ਸੁਣ ਰਹੇ ਹਾਂ ਜੀ। ਹਾਂ ਹਾਂ ਬਿਲਕੁਲ ਬਿਲਕੁਲ ਇਸ਼ਕ ਨਾਲੋਂ ਕੁਛ ਵੀ ਮਿੱਠਾ ਨੀ ਤੇ ਡੈਫੀਨੇਟਲੀ ਮਿਊਜ਼ਿਕ ਨਾਲੋਂ ਤਾਂ ਕੁਛ ਵੀ ਮਿੱਠਾ ਨੀ ਤੇ ਇਸ ਮਿੱਠੇ ਮਿੱਠਾ ਜਦੋਂ ਜ਼ਿਆਦਾ ਹੋ ਜਾਂਦਾ ਨਾ ਕਹਿੰਦੇ ਬ੍ਰੇਕ ਲੈ ਲੈਣੀ ਚਾਹੀਦੀ ਹੈ ਕਹਿੰਦੇ ਬ੍ਰੇਕ ਲਓ ਜ਼ਿਆਦਾ ਮਿੱਠਾ ਸ਼ੂਗਰ ਕਰ ਸਕਦਾ ਬਿਲਕੁਲ ਤੁਸੀਂ ਬ੍ਰੇਕ ਲਓ ਜੀ ਤੇ ਫਿੱਕੀ ਦੀ ਚਾਹ ਪੀਨੇ ਉਸ ਤੋਂ ਬਾਅਦ ਫੇਰ ਹਾਂ ਤੇ ਫਿੱਕੀ ਚਾਹ ਵੀ ਦੇ ਗਿਆ ਕਿਸੇ ਨੇ ਗਰਮ ਪਾਣੀ ਪੀਣਾ ਹੋਵੇ ਤਾਂ ਉਹ ਵੀ ਪੀ ਲੈਣ ਠੀਕ ਹੈ ਅੱਜ ਕੱਲ ਤਾਂ ਚਾਹ ਪੀ ਲਓ ਗਰਮ ਪਾਣੀ ਪੀ ਲਓ ਬਸ ਉਹ ਵੈਸੇ ਵੀ ਚੰਗਾ ਹੈ ਅੱਜ ਕੱਲ ਦਾ ਟਾਈਮ ਜਾ ਰਿਹਾ ਕਰੋਨਾ ਦਾ ਮਿਲਦੇ ਆ ਛੋਟੀ ਜੀ ਬ੍ਰੇਕ ਤੋਂ ਬਾਅਦ ਵੈਲਕਮ ਬੈਕ ਆਫਟਰ ਅ ਲੌਂਗ ਬ੍ਰੇਕ ਲੌਂਗ ਸੀਗੀ ਨਾ ਥੋੜੀ ਜੀ ਜ਼ਿਆਦਾ ਹਾਂ ਜੀ ਹਾਂ ਕੋਈ ਗੱਲ ਕੋਈ ਨਹੀਂ ਚਾਹ ਚੁੱਪੀ ਹੋ ਗਈ ਵਧੀਆ ਹੋ ਗਈ ਹਾਂ ਤੇ ਆਰਾਮ ਨਾਲ ਫਿਰ ਚਾਹ ਪੀ ਕੇ ਬੈਠਣਗੇ ਫਿਰ ਜੇ ਮੈਂ ਸਾਰਿਆਂ ਨੂੰ ਕਹਿ ਦਵਾਂ ਇੱਕ ਵਾਰੀ ਕਿ ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਏ ਮਲਕੀਤ ਜੀ ਤੋਂ ਕੋਈ ਗੱਲ ਕਰਨਾ ਤਾਂ ਕਰ ਸਕਦੇ ਆ ਹੈਨਾ ਤੁਸੀਂ ਮੈਨੂੰ ਨਹੀਂ ਕਿਹਾ ਬਟ ਮੈਂ ਹੱਕ ਨਾਲ ਕਹਿਤਾ ਕਿਉਂਕਿ ਫੇਸਬੁੱਕ ਤੇ ਲਾਈਵ ਵੀ ਜਾ ਰਿਹਾ ਮੇਰੇ ਖਿਆਲ ਉੱਤੇ ਵੀ ਕਮੈਂਟ ਆ ਰਿਹਾ ਪਰ ਫੋਨ ਕਰ ਲੈਣ ਤੋਂ ਜ਼ਿਆਦਾ ਬੈਟਰ ਬਿਲਕੁਲ ਜੀ ਤੇ ਆਪਾਂ ਗੱਲ ਕਰਦੇ ਹੋਏ ਗੱਲ ਪਹਿਲੇ ਗਾਣੇ ਦੀ ਸ਼ੁਰੂ ਕੀਤੀ ਤੇ ਪਹਿਲੇ ਜਦੋਂ ਗਾਣੇ ਬਣਦੇ ਸੀਗੇ ਤਾਂ ਉਦੋਂ ਕੈਸੇਟਸ ਬਣਦੀਆਂ ਸੀਗੀਆਂ ਨਾ ਕੈਸੇਟਸ ਹੁੰਦੇ ਤੇ ਅੱਜ ਵੀ ਰੱਖਿਆ ਹੋਈਆਂ ਨੇ ਉਹ ਕੈਸੇਟਸ ਬਹੁਤ ਬਹੁਤ ਹਾਂਜੀ ਮੈਂ ਕਾਸ਼ ਕੇ ਹੁਣ ਮੈਂ ਤੁਹਾਨੂੰ ਕੈਮਰਾ ਲਿਆ ਕੇ ਦਿਖਾ ਦਾਂ ਮੇਰੇ ਕੋਲ ਤਾਂ ਪੂਰੀ ਲਾਇਬ੍ਰੇਰੀ ਬਣਾਈ ਹੈ ਇੱਥੇ ਮੈਂ ਆਪਣੇ ਘਰ ਪ੍ਰੋਪਰ ਇੱਕ ਜਿਹੜੇ ਵਿੱਚ ਪੱਥਰ ਦੇ ਰਿਕਾਰਡ ਤੋਂ ਲੱਗ ਕੇ ਕੈਸਟਾਂ ਦਾ ਤੇ ਸਾਰਾ ਅੱਜ ਦਾ ਜੋ ਡਿਜੀਟਲ ਚੱਲ ਰਿਹਾ ਸਾਰਾ ਮੈਂ ਸਿਸਟਮ ਰੱਖਿਆ ਕਿਉਂਕਿ ਮੈਨੂੰ ਸ਼ੌਂਕ ਬਹੁਤ ਹੈ ਕਿਉਂਕਿ ਮੈਂ ਦੂਸਰੇ ਆਰਟਿਸਟਾਂ ਨੂੰ ਵੀ ਬਹੁਤ ਸੁਣਦਾ ਮੈਂ ਇੱਦਾਂ ਨਹੀਂ ਹੈਗਾ ਕਿ ਆਪਣੇ ਆਪ 'ਚ ਹੀ ਬੰਦਾ ਸੋਚਦਾ ਕਿ ਮੈਂ ਆਪਣੇ ਆਪ ਹੀ ਸੁਣਦਾ
ਹਰ ਇੱਕ ਪੁਰਾਣੇ ਪੁਰਾਣਾ ਫੋਕ ਜਿੰਨਾ ਮੇਰੇ ਕੋਲ ਪਿਆ ਮੈਨੂੰ ਲੱਗਦਾ ਕਿਸੇ ਲਾਇਬ੍ਰੇਰੀ ਪੰਜਾਬ ਜੀ ਤੇ ਨਹੀਂ ਹੋਣਾ। ਸੋ ਮੈਨੂੰ ਬਹੁਤ ਸ਼ੌਂਕ ਆ ਕੈਸਟਾਂ ਇਕੱਠੀਆਂ ਕਰਨ ਦਾ, ਪੁਰਾਣੇ ਰਿਕਾਰਡ ਇਕੱਠੇ ਕਰਨ ਦਾ ਤੇ ਹੋਰ ਜਿਹੜਾ ਲਿਟਰੇਚਰ ਕਰਨ ਦਾ, ਮਤਲਬ ਕਿਤਾਬਾਂ ਇਕੱਠੀਆਂ ਕਰਨ ਦਾ। ਸੋ ਬਹੁਤ ਵੱਡਾ ਮੈਂ ਸਾਰਾ ਕੁਝ ਜਿਹੜਾ ਕਹਿੰਦੇ ਖਜ਼ਾਨਾ ਸਾਂਭ ਕੇ ਰੱਖਿਆ ਹੋਇਆ ਔਰ ਪੜ੍ਹਦੇ ਵੀ ਆ ਔਰ ਸੁਣਦੇ ਵੀ। ਤੇ ਕੋਈ ਅਕਸਰ ਜਿਹੜਾ, ਵੈਸੇ ਤਾਂ ਤੁਸੀਂ ਬਹੁਤ ਆਰਟਿਸਟ ਨੂੰ ਸੁਣਦੇ ਹੈਗੇ ਨਾ, ਅਕਸਰ ਜਿਹੜਾ ਅੱਜ ਕੱਲ੍ਹ ਦੇ ਸਿਨੈਰੋ ਨੂੰ ਲੈ ਕੇ ਕੋਈ ਜੋ ਸੌਂਗ ਹੋਏ ਆਪਣੇ ਦਿਮਾਗ 'ਚ ਚੱਲਦਾ ਰਿਹਾ ਹੋਏ, ਵਾਰੀ ਵਾਰੀ ਜ਼ੁਬਾਨ 'ਤੇ ਵੀ ਆਉਂਦਾ ਰਿਹਾ ਹੋਏ ਵੀ ਹਾਂ ਇਸ ਤਰ੍ਹਾਂ ਕੋਈ ਗਾਣਾ? ਮੈਂ ਜ਼ਿਆਦਾ ਸਾਰਿਆਂ ਨੂੰ ਸੁਣਦਾ, ਹੁਣ ਮੈਨੂੰ ਲੱਗਦਾ ਮੈਂ ਜੇ ਇੱਕ ਦਾ ਨਾਂ ਲਿਆ ਤਾਂ ਕਹੋਗੇ ਭਾਜੀ ਸਾਡਾ ਨਾਂ ਤੁਸੀਂ ਮੈਨੂੰ ਫਸਾਓ ਨਾ ਨਾ ਕਰਕੇ ਇੱਕ ਦੇ ਨਾਲ ਕਰਕੇ ਕਿਉਂਕਿ ਹੁਣ ਦਾ ਜਿਹੜਾ ਟਾਈਮ ਹੈ ਉਹ ਸਾਡੇ ਟਾਈਮ ਨਾਲੋਂ ਵੀ ਮੈਂ ਸਮਝਦਾ ਬਹੁਤ ਔਖਾ ਆ, ਕਿਉਂਕਿ ਜਦੋਂ ਸਾਡਾ ਟਾਈਮ ਸੀਗਾ ਉਦੋਂ ਅਸੀਂ ਜਿਵੇਂ ਤੁਸੀਂ ਆਪਾਂ ਹੁਣ ਗੱਲ ਕਰਦੇ ਸੀਗੇ ਕੈਸਟਾਂ ਬਣਦੀਆਂ ਸੀਗੀਆਂ, ਸੀਡੀਆਂ ਬਣਦੀਆਂ ਸੀਗੀਆਂ, ਉਹਦੇ ਵਿੱਚ 8 ਗੀਤ ਸੀਗੇ 10 ਗੀਤ ਸੀਗੇ ਤੇ ਸਾਡੇ ਕੋਲ ਇੱਕ ਚੋਇਸ ਹੁੰਦੀ ਸੀਗੀ ਕਿ ਯਾਰ ਚਲੋ ਠੀਕ ਹੈ ਤੁਹਾਨੂੰ ਲੋਕ ਭੰਗੜੇ ਦੇ ਸਟਾਰ ਕਹਿੰਦੇ ਆ, 3 ਜਾਂ 4 ਗਾਣੇ ਤਾਂ ਭੰਗੜੇ ਦੇ ਚਾਹੀਦੇ ਟੋਕਵੇਂ ਜਿਹੜੀ ਇੱਕ ਬੀਟ ਚੰਗੀ ਹੋਵੇ, ਉਹ ਜਿਹੜੇ 4 ਗਾਣੇ ਦੂਸਰੇ ਆ ਉਹਦੇ ਵਿੱਚ ਇੱਕ ਕੋਈ ਜਿਵੇਂ ਮਾਵਾਂ ਠੰਡੀਆਂ ਛਾਵਾਂ ਇੱਦਾਂ ਦਾ ਹੋਵੇ, ਇੱਕ ਕੋਈ ਭਰਜਾਈ ਲਈ ਹੋਵੇ ਨੱਚ ਕੇ ਵਿਖਾ ਦੇ ਭਾਬੀਏ ਮੰਨ ਲੈ ਤੇ ਔਰ ਦਾ ਕਹਿਣਾ, ਜੇ ਇੱਕ ਕੋਈ ਹੋਰ ਰੋਮਾਂਟਿਕ ਜਾ ਹੋਵੇ। ਸੋ ਉਹਦੇ ਵਿੱਚ ਚੋਇਸ ਹੁੰਦੀ ਸੀਗੀ। ਸੋ ਹੁਣ ਤਾਂ ਕਿਉਂਕਿ ਹੁਣ ਦਾ ਸਮਾਂ ਜਿਹੜਾ ਟਾਈਮ ਹੈ ਉਹ ਬਹੁਤ ਔਖਾ ਆ, ਬਿਕੋਜ਼ ਹੁਣ ਗੀਤ ਹੀ ਇੱਕ ਹੈ ਬਿਲਕੁਲ, ਤੇ ਦੈਟਸ ਵਾਈ ਤੁਸੀਂ ਦੇਖਿਆ ਹੋਊਗਾ ਕਿ ਮਤਲਬ ਜਿੰਨੇ ਗੀਤ ਆ ਰਹੇ ਉਹ ਸਾਰੀ ਸਾਊਂਡ ਸੇਮ ਲੱਗਦੀ ਆ। ਸਾਊਂਡ ਤਾਂ ਸੇਮ ਲੱਗਦੀ ਆ ਬਿਕੋਜ਼ ਉਹਨਾਂ ਕੋਈ ਚੋਇਸ ਨਹੀਂ ਹੈਗੀ। ਹਰ ਬੰਦਾ ਇਹੀ ਸੋਚਦਾ ਕਿ ਯਾਰ ਭੰਗੜੇ ਦਾ ਗਾਣਾ ਜਾਂ ਡਾਂਸ ਵਾਲਾ ਗਾਣਾ ਹੀ ਚੱਲਣਾ ਤੇ ਅਸੀਂ ਡਾਂਸ ਵਾਲਾ ਕਰੀਏ ਜਾਂ ਰੈਪਿੰਗ ਵਾਲਾ ਕਰੀਏ। ਕਈ ਵਾਰੀ ਰੈਪਿੰਗ ਸਮਝ ਵੀ ਨਹੀਂ ਲੱਗਦੀ ਕਿ ਕਹਿੰਦਾ ਕੀ ਆ ਬੰਦਾ, ਧੱਕੇ ਨਾਲ ਵਿੱਚ ਪਾਈ ਜਾਂਦੀ ਆ ਰੈਪਿੰਗ। ਸੋ ਲੋਕ ਵਾਰ ਵਾਰ ਉਹੋ ਜਿਹੀਆਂ ਚੀਜ਼ਾਂ ਸੁਣ ਕੇ ਥੋੜੇ ਫੈਡ ਅਪ ਹੋ ਗਏ, ਲੇਕਿਨ ਕੁਛ ਇੱਕ ਮੁੰਡੇ ਜਿਹੜੇ ਆ ਉਹ ਬਹੁਤ ਮਿਹਨਤ ਵੀ ਕਰ ਰਹੇ ਆ, ਚੰਗੀਆਂ ਚੀਜ਼ਾਂ ਵੀ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਉਹਨਾਂ ਲਈ ਹਾਰਡ ਬਹੁਤ ਆ, ਉਹਨਾਂ ਦੀ ਕੁਛ ਬਾਹ ਪੇਸ ਚੱਲ ਨਹੀਂ ਰਿਹਾ। ਤੇ ਜਦੋਂ ਪੂਰੀ ਐਲਬਮ ਬਣਾਉਂਦੇ ਸੀਗੇ, ਇਹ ਗੀਤ ਰੱਖਣਾ ਫਿਰ ਇਹ ਛੱਡਣਾ, ਇਹ ਇਹਨੂੰ ਇਸ ਤਰ੍ਹਾਂ ਮੋਲ ਕਰ ਲੈਣਾ, ਜਦੋਂ ਤੁਸੀਂ ਪਹਿਲੀ ਵਾਰੀ ਇਹ ਸੋਚਿਆ ਕਿ ਨਹੀਂ ਹੁਣ ਇੱਕੋ ਗੀਤ ਬਣਾਉਣਾ ਮੈਂ, ਬਈ ਕਿਉਂਕਿ ਫੈਸ਼ਨ ਟ੍ਰੈਂਡ ਉਹੋ ਜਿਹਾ ਹੈਗਾ, ਤੇ ਉਹ ਤੁਹਾਡੇ ਲਈ ਕਿੰਨਾ ਕੁ ਔਖਾ ਸੀਗਾ? ਬਹੁਤ ਔਖਾ ਸੀਗਾ ਜੀ, ਕਿਉਂਕਿ ਹੁਣ ਤੁਸੀਂ ਜਦੋਂ ਤੁਸੀਂ ਇੱਕੋ ਹੀ ਗੀਤ ਦੀ ਸਿਲੈਕਟ ਕਰੋ, ਕਿਉਂਕਿ ਸਾਡਾ ਤਾਂ ਪਹਿਲਾਂ 뮤직 ਡਾਇਰੈਕਟਰ ਉੱਥੇ ਹੁੰਦੇ ਸੀਗੇ, ਫਿਰ ਨਾਲ ਤੁਸੀਂ ਮੰਨ ਲਓ ਰਾਈਟਰ ਸਾਰੇ ਬਿਠਾ ਲੈਣੇ, ਉਹਨਾਂ ਨੂੰ ਮਤਲਬ ਕੰਪੋਜੀਸ਼ਨ ਬਣ ਰਹੀ ਹੈ, ਚਾਹ ਪੀ ਰਿਹਾ ਕੋਈ, ਰੋਟੀ ਖਾ ਰਿਹਾ ਕੋਈ, ਕੁਛ ਕਰ ਰਿਹਾ, ਬੈਠੇ ਬੈਠੇ ਗੱਲਾਂ ਮਾਰ ਰਿਹਾ 10 ਬੰਦਿਆਂ ਦੀ, ਜਿਹੜੀ ਕਹਿੰਦੇ ਹੁੰਦੇ ਆ ਵੀ ਸਾਰੀ ਜਿਹੜੀ ਉਹ ਤੁਹਾਨੂੰ ਇਫੈਕਟ ਦੇ ਰਿਹਾ ਵੀ ਆਹ ਏਦਾਂ ਕਰ ਲੈਣੀ ਚਾਹੀਦੀ, ਆਹ ਕਈ ਵਾਰੀ ਲਾਈਨ ਚੰਗੀ ਨਹੀਂ ਆ ਰਹੀ, ਉਹ ਉੱਠ ਕੇ ਫਿਰ ਬਾਹਰ ਜਾ ਕੇ ਲਿਖ ਰਿਹਾ, ਮੂਠੇ ਤੇ ਚੜ ਕੇ ਮਤਲਬ ਉਹ ਆਪਣੇ ਸੋਚ ਰਿਹਾ ਮੈਂ ਕੀ ਕਰਨਾ। ਤੇ ਹੁਣ ਜਦੋਂ ਇੱਕੋ ਹੀ ਗਾਣਾ ਆ ਤੇ ਇੱਕੋ ਹੀ ਗਾਣੇ ਦੇ ਵਿੱਚ ਫਿਰ ਸਿਲੈਕਸ਼ਨ ਜਿਹੜੀ ਆ ਉਹ ਬਹੁਤ ਬਹੁਤ ਔਖੀ ਆ ਕਿ ਕਿਹੜਾ ਕਿੱਦਾਂ ਦਾ ਕੀਤਾ ਜਾਵੇ। ਹਾਂ ਮੈਂ ਵੀ ਜਦੋਂ ਸੋਰੀ ਕੋਈ ਬਾਤ ਨਹੀਂ, ਟੈਕਨੀਕਲ ਚੀਜ਼ੇ ਹੈ, ਡਿਜੀਟਲ ਚੀਜ਼ੇ ਹੈ, ਐਸੇ ਹੋ ਜਾਤਾ ਹੈ। ਤੋ ਅਭੀ ਹਮਾਰੀ ਅਭੀ ਹਮਾਰਾ ਦੁਬਾਰਾ ਸੇ ਮਲਕੀ ਜੀ ਸੇ ਰਾਬਤਾ ਸਾਥ ਕੇ ਸਾਥ ਕਾਇਮ ਹੋ ਜਾਏਗਾ, ਤੋ ਹਮ ਕੋਸ਼ਿਸ਼ ਕਰਤੇ ਹੈਂ। ਅਗਰ ਆਪਕੋ ਵੀ ਇਤਨੀ ਦੇਰ ਮੈਂ ਆਪਕੋ ਯੇ ਇਨਫੋਰਮੇਸ਼ਨ ਦੇ ਦੇਤੀ ਹੂੰ ਕਿ ਜੇ ਤੁਸੀਂ ਵੀ ਹੋ ਨਾ ਤੋ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਮੈਂ ਡੈਫੀਨੇਟਲੀ ਕਾਲ ਚੱਕਾਂਗੀ, ਤੇ ਕਾਲ ਚੱਕਾਂਗੀ ਤਾਂ ਤੁਸੀਂ ਉਹਨਾਂ ਤੋਂ ਸਵਾਲ ਪੁੱਛ ਲੈਣਾ ਤੇ ਸਾਡੇ ਨਾਲ। ਹਾਂਜੀ 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 ਹਾਂਜੀ, ਟੈਕਨੀਕਲ ਫੋਲਡ ਕੇ ਲਈ ਖੇਦ ਹੈ ਕਿ ਮੇਰਾ ਉਹ ਮੈਸੇਜ ਵਿੱਚ ਆ ਗਿਆ, ਮੈਂ ਉਹਨੂੰ ਪਰੇ ਕਰਨ ਲੱਗਾ ਤੇ ਨਾਲ ਇਹ ਵੀ ਪਛਾਹ ਹਟ ਗਿਆ। ਸੋ ਮਤਲਬ ਟੈਕਨੀਕਲ ਚ ਹਲੇ ਇੰਨੇ ਨਹੀਂ ਕਾਮਯਾਬ ਹੋਏ, ਮੈਂ ਤਾਂ ਹੁਣ ਫੇਸਬੁੱਕਾਂ ਤੇ ਵੀ ਤੇ ਜ਼ਿਆਦਾ ਤਾਂ ਹੀ ਆਉਣ ਲੱਗਾ ਕਿਉਂਕਿ ਆਹ ਲੋਕਡਾਊਨ ਕਰਕੇ ਅਦਰਵਾਈਜ਼ ਜ਼ਿਆਦਾ ਟਾਈਮ ਲੱਗਦਾ ਹੀ ਨਹੀਂ ਸੁਣਦਾ। ਤੇ ਸੋ ਕਹਿਣ ਦਾ ਮਤਲਬ ਲੈਂਡ ਉਹਦਾ ਜਹਾਜ਼ ਲੈ ਲਈਏ ਪਰ ਚਲਾਉਣਾ ਨਹੀਂ ਆਉਂਦਾ ਹਲੇ, ਚਲਾਉਣ ਬੜਾ ਟੈਕਨੀਕਲ। ਵੈਸੇ ਵੀ ਪਤਾ ਕੀ ਹੈ ਮਲਕੀਤ ਜੀ, ਮੈਨੂੰ ਲੱਗਦਾ ਹੈ ਕਿ ਜਦੋਂ ਆਪਾਂ ਫੇਸ ਟੂ ਫੇਸ ਗੱਲ ਦੇ ਆਦੀ ਹੁੰਦੇ ਆ ਨਾ, ਕਿ ਫੇਸ ਟੂ ਫੇਸ ਗੱਲ ਕਰਨੀ ਹੈ, ਸਾਹਮਣੇ ਬੈਠ ਕੇ ਗੱਲ ਕਰਨੀ ਹੈ, ਤੇ ਹੁਣ ਖਾਲੀ ਫੇਸਬੁੱਕ ਤੇ ਡਿਜੀਟਲੀ ਕਰਨੀ ਹੈ ਤਾਂ ਉਹ ਜਜ਼ਬਾਤ ਉਹਦੇ ਚ ਵੀ ਪਾਣੇ ਨੇ, ਮਜ਼ਾ ਨਹੀਂ ਆਉਂਦਾ। ਜਿਵੇਂ ਤੁਸੀਂ ਜਦੋਂ ਸਟੂਡੀਓ ਚ ਬੈਠੇ ਆ ਤਾਂ ਤੁਹਾਨੂੰ ਆਪਣੇ ਆਪ ਹੀ ਗੱਲ ਆਉਂਦੀ ਆ,
ਇੱਕ ਦੂਸਰੇ ਤੋਂ ਤੁਸੀਂ ਗੱਲ ਫੜਦੇ ਆ। ਇਹ ਮੈਨੂੰ ਇੰਜ ਲੱਗਦਾ ਜਿਵੇਂ ਮਤਲਬ ਮੈਂ ਇੱਕ ਤਾਂ ਮੈਂ ਲਾਈਵ ਗਾਉਣਾ ਵਿੱਚ ਮਜੀਸ਼ੀਅਨ 10 ਬੰਦੇ, ਇੱਕ ਮੈਂ ਪੀਏ ਕਰਦਾ ਵੀ ਪਿੱਛੇ ਸੀਡੀ ਲਾ ਕੇ ਤੂੰ ਤਾਂ ਮੂੰਹ ਲਾਉਣਾ, ਇਹ ਹੁਣ ਮੈਨੂੰ ਉਹ ਫੀਲ ਆ ਰਹੀ ਕਿ ਮਤਲਬ ਇੰਟਰਵਿਊ ਕਰ ਵੀ ਰਹੇ ਆ ਲੇਕਿਨ ਸਾਰੀ ਦੁਨੀਆਂ ਚ ਬੜੀ ਪ੍ਰੋਬਲਮ ਔਰ ਅਮਰੀਕਾ ਚ ਵੀ ਬਹੁਤ ਜ਼ਿਆਦਾ। ਮੈਂ ਅਮਰੀਕਾ ਵਾਲਿਆਂ ਨੂੰ ਵੀ ਰਿਕੁਐਸਟ ਕਰੂੰਗਾ ਕਿ ਆਪਣਾ ਖਿਆਲ ਰੱਖਿਓ। ਸਾਡਾ ਹੁਣ ਟੂਰ ਸੀਗਾ, ਅਸੀਂ ਟੂਰ ਤੇ ਆਉਣਾ ਸੀਗਾ ਅਮਰੀਕਾ ਦਾ ਵੀ ਤੇ ਕੈਨੇਡਾ ਦਾ ਵੀ, ਉਹ ਸਾਰਾ ਹੀ ਚੇਂਜ ਕਰਨਾ ਪਿਆ। ਤੇ ਆਪਾਂ ਆਪਣਾ ਖਿਆਲ ਰੱਖਣਾ ਚਾਹੀਦਾ, ਖਾਸ ਤੌਰ ਤੇ ਨਿਊਯਾਰਕ ਤਾਂ ਬਹੁਤ ਹੀ ਜ਼ਿਆਦਾ ਵੱਡੀ ਪ੍ਰੋਬਲਮ ਹੋਈ ਹੈ ਕਿਉਂਕਿ ਬਹੁਤ ਹੀ ਡੈਥ ਹੋਈ ਹੈ ਉੱਥੇ। ਤੇ ਉਹਦੇ ਮੈਂ ਸੋਚਦਾ ਸੀਗਾ ਕਿ ਬਹੁਤ ਸਾਰੇ ਆਰਟਿਸਟ ਜਿਹੜੇ ਆ ਉਹ ਜਿੱਦਾਂ ਗੱਲਾਂ ਹੀ ਕਰਦੇ ਸਿਰ ਆ, ਹੁਣ ਵੀ ਮੰਨ ਲਓ ਮੈਂ ਆਇਆ ਜਾਂ ਜਦੋਂ ਆਪਣੀ ਟੇਪ ਰਿਲੀਜ਼ ਕੋਈ ਗਾਣਾ ਰਿਲੀਜ਼ ਕਰਨਾ ਹੁੰਦਾ ਜਾਂ ਕੋਈ ਜਾਂ ਉਦਾਂ ਹੀ ਮਤਲਬ ਆਉਣਾ 2 ਮਿੰਟ ਲਈ, 10 ਮਿੰਟ ਲਈ, 15 ਮਿੰਟ ਲਈ। ਪਰ ਮੈਂ ਸੋਚਿਆ ਸੀ ਕਿ ਜਿੱਦਾਂ ਮੈਂ ਆਇਆ ਪ੍ਰੋਪਰ ਮਿਊਜ਼ਿਕ ਲਾ ਕੇ ਲੱਗ ਜਾਏ ਪਰਿਵਾਰ ਨੂੰ ਨਾ ਕੁਝ ਹੋ ਜਾਵੇ। ਸੋ ਲੋਕ ਜਿਹੜੇ ਉਹ ਬਹੁਤ ਜ਼ਿਆਦਾ ਫਿਕਰ ਵਿੱਚ ਸੀਗੇ। ਸੋ ਉਹਨਾਂ ਨੂੰ ਕਰਨ ਦੇ ਲਈ ਮੈਂ ਹਰ ਫਰਾਈਡੇ ਇੰਗਲੈਂਡ ਟਾਈਮ 5 ਵਜੇ ਉਹਨਾਂ ਦਾ ਜਿਹੜਾ ਵੀ ਜਿੱਦਾਂ ਅਮਰੀਕਾ ਚ 12 ਕੁ ਵਜੇ ਹੁੰਦੇ ਸੀ ਤੇ ਉਹ ਹਰ ਫਰਾਈਡੇ ਲਾਸਟ ਕਰਦੇ। ਮੈਂ ਕੱਲ ਵੀ ਆਇਆ ਸੀਗਾ, ਉਹ ਬਹੁਤ ਪਾਪੂਲਰ ਹੋਇਆ, ਲੋਕਾਂ ਨੇ ਬਹੁਤ ਪਸੰਦ ਕੀਤਾ ਕਿਉਂਕਿ ਉਹਦੇ ਵਿੱਚ ਮੈਂ 1 ਆਵਰ ਗੀਤ ਗਾਉਣਾ, ਲੋਕਾਂ ਨਾਲ ਗੱਲਾਂ ਕਰਦਾ ਉਹਨਾਂ ਨਾਲ, ਫਿਰ ਉਹਨਾਂ ਦਾ ਮਨ ਜਿਹੜਾ ਆ ਉਹ ਖੁਸ਼ ਹੁੰਦਾ ਹੈ ਕਿ ਯਾਰ ਭਾਜੀ ਹੁਣ ਤੁਸੀਂ ਆਹ ਗਾਣਾ ਸੁਣਾ ਦਿਓ ਸਾਨੂੰ, ਆਹ ਕਰ ਦਿਓ, ਤੋਂ ਥੋੜ੍ਹਾ ਜਿਹਾ ਐਂਟਰਟੇਨਮੈਂਟ ਹੋ ਜਾਂਦਾ। ਹਾਂ ਤੇ ਉਹੀ ਹੈ ਨਾ, ਹੁਣ ਉਹ ਵੀ ਵੇਟ ਕਰ ਰਹੇ ਨੇ ਕਿ ਕਦੋਂ ਤੁਸੀਂ ਕੁਝ ਸੁਣਾਓਗੇ। ਹਾਂ ਬਿਲਕੁਲ, ਇਧਰ ਵੀ ਕਹਿੰਦੇ ਹੁੰਦੇ ਨੇ ਵੀ ਜਿਹੜਾ ਸਮਾਨ ਐਡਜਸਟਮੈਂਟ ਚੱਲ ਰਹੀ ਹੈ, ਐਡਜਸਟਮੈਂਟ ਦੇਖੀ। ਹਾਂਜੀ ਕੁਛ ਇਧਰੋਂ ਲੇਕਿਨ ਹਾਂਜੀ ਮੈਂ ਵੈਸੇ ਹੀ ਸੁਣਾ ਦਿੰਦਾ ਕਿਉਂਕਿ ਕਈ ਵਾਰੀ ਤੀੜੀ ਦਾ ਪੰਗਾ ਹੋ ਜਾਂਦਾ, ਉਹ ਅੱਗੇ ਪਿੱਛੇ ਹੋ ਗਈ। ਹੋ ਜਿੰਦ ਮਾਹੀ ਜੇ ਚੱਲਿਓ, ਜਿੰਦ ਮਾਹੀ ਜੇ ਚੱਲਿਓ, ਪਰਦੇਸ ਕਦੀ ਨਾ ਭੁੱਲੀ ਓਏ, ਕਦੀ ਨਾ ਭੁੱਲੀ ਆਪਣਾ ਦੇਸ ਤੇ ਆਪਣੀ ਬੋਲੀ ਓਏ, ਆਪਣੀ ਬੋਲੀ ਤੇ ਆਪਣਾ ਭੇਸ ਵੇ, ਇੱਕ ਪਲ ਬਹਿ ਜਾਣਾ, ਇੱਕ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਿੱਠੜੇ, ਹੋ ਤੇਰੇ ਮਿੱਠੜੇ ਹੀ ਲੱਗਦੇ ਬੋਲ ਹੈ। ਜਦੋਂ ਤੁਸੀਂ ਪਰਦੇਸ ਦੀ ਗੱਲ ਕੀਤੀ, ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ, ਤੇ ਮੈਂ ਪੁੱਛਣਾ ਸੀਗਾ ਜਦੋਂ ਤੁਸੀਂ ਪਰਦੇਸ ਗਏ ਨਾ, ਬਹੁਤ ਛੋਟੀ ਏਜ ਵੀ ਸੀਗੀ, ਵੱਡੀ ਏਜ ਨਹੀਂ ਸੀਗੀ, ਤਾਂ ਯੂਕੇ ਦੇ ਵਿੱਚ ਜਾਣਾ, ਗੋਰਿਆਂ ਦੇ ਵਿੱਚ ਜਾਣਾ, ਅਤੇ ਉੱਥੇ ਮਤਲਬ ਆਪਣੀ ਪੱਗ ਦੇ ਨਾਲ, ਰੌਬ ਦੇ ਨਾਲ ਚੱਲਣਾ, ਅਤੇ ਕਿਸੇ ਪਹਿਲੀ ਵਾਰੀ ਕਿਸੇ ਬਹੁਤ ਵਾਰੀ ਅੱਗੇ ਕਿਹਾ ਹੋਣਾ, ਮਤਲਬ ਇਹ ਗੱਲ ਮੈਨੂੰ ਪਤਾ ਹੈ, ਬਟ ਜੇ ਪਹਿਲੀ ਵਾਰੀ ਜਦੋਂ ਤੁਹਾਨੂੰ ਕਿਸੇ ਨੇ ਕਿਹਾ ਹੋਏ ਕਿ ਗੋਰੀ ਨੇ ਕਿਸੇ ਨੇ ਕਿਹਾ ਹੋਏ ਕਿ ਤੁਹਾਡੀ ਪੱਗ ਬਹੁਤ ਸੋਹਣੀ ਲੱਗ ਰਹੀ ਹੈ। ਹਾਂ ਬਿਲਕੁਲ ਜੀ ਬਿਲਕੁਲ, ਕਿਉਂਕਿ ਮੈਂ ਸ਼ੋਪਿੰਗ ਕਰਨ ਗਿਆ ਤਾਂ ਉਹ ਮੈਨੂੰ ਗੋਰੀ ਕਹਿ ਰਹੀ ਹੈ ਕਿ ਇਹ ਪੱਗ ਨਾਲ ਕਈ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ ਮੇਰੇ, ਮੈਂ ਤੁਹਾਨੂੰ ਇੱਕ ਦੋ ਹੋਰ ਗੱਲਾਂ ਦੱਸਦਾ। ਕਿਉਂਕਿ ਪੱਗ ਮੈਂ ਜਦੋਂ ਨੈਚੁਰਲੀ ਪੱਗ ਬਣ ਕੇ ਗਿਆ ਤਾਂ ਮੈਨੂੰ ਗੋਰੀ ਸਾਈਡ 'ਤੇ ਜਾ ਕੇ ਕਹਿੰਦੀ ਵੀ ਤੁਹਾਨੂੰ ਯੂਨੋ ਤੁਸੀਂ ਤੁਹਾਨੂੰ ਕੋਈ ਹੋਰ ਕਲਰ ਬੰਨਣ ਦੀ ਵੀ, ਕਿਉਂਕਿ ਸਾਡੇ ਇੱਥੇ ਇੰਗਲੈਂਡ 'ਚ ਫੋਰਨ 'ਚ ਬਾਹਰ ਸਾਰੇ ਬਲੈਕ ਟਰਬਨ ਜ਼ਿਆਦਾ ਬੰਨਦੇ ਨੇ,
ਜਾਂ ਥੋੜਾ ਜਿਹਾ ਕਈ ਵਾਈਟ ਬੰਨ ਲੈਂਦੇ ਨੇ, ਵੱਧ ਤੋਂ ਵੱਧ ਮਰੂਨ ਪੱਗ ਹੋਣੀ ਚਾਹੀਦੀ ਜਿੱਦਾਂ ਬੰਨਦੇ ਨੇ। ਤੇ ਉਹ ਮੈਨੂੰ ਕਹਿੰਦੀ ਵੀ ਤੁਹਾਨੂੰ ਅਲਾਊਡ ਹੈ ਕਿ ਮਤਲਬ ਤੁਸੀਂ ਕੋਈ ਹੋਰ ਕਲਰ ਵੀ ਬੰਨ ਸਕਦੇ? ਮੈਂ ਕਿਹਾ ਅਲਾਊਡ ਮਤਲਬ ਸਾਨੂੰ ਕਿਹੜਾ ਕਿਹਨੇ ਕਿਹਾ ਵੀ ਤੁਸੀਂ ਨਹੀਂ ਬੰਨ ਸਕਦੇ? ਕਹਿੰਦੀ ਮੈਨੂੰ ਤੇਰੀ 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 ਮੈਚਿੰਗ ਬਹੁਤ ਸੋਹਣੀ, ਮੈਂ ਲਾਈਟ ਗ੍ਰੀਨ ਜੀ ਪੱਗ ਬੰਨੀ ਸੀ ਤੇ ਟੀ ਸ਼ਰਟ ਉਹਦੇ ਨਾਲ ਦੀ ਪਾਈ ਸੀ, ਟੀ ਸ਼ਰਟ ਜਿੱਦਾਂ ਮੈਨੂੰ ਬਹੁਤ ਵਧੀਆ ਲੱਗ ਰਹੀ ਹੈ ਤੇਰੀ ਪੱਗ, ਤੇ ਇਹ ਤੂੰ ਕਿੰਨੇ ਮੀਟਰ ਆ ਤੇ ਮਤਲਬ ਜਦੋਂ ਅਸੀਂ ਵੈਸੇ ਇੱਥੇ ਜਦੋਂ ਨਾ ਯੂਰਪ ਚ ਟੂਰ ਲਾਉਣ ਜਾਂਦੇ ਹੁੰਦੇ ਸੀ ਸਪੇਨ ਸਪੇਨ ਆਪਣੇ ਫਰਾਂਸ ਸਾਰੇ, ਉੱਥੇ ਵੀ ਮੈਨੂੰ ਕਿਸੇ ਗੋਰੀ ਨੇ ਇੱਦਾਂ ਕੁਐਸਚਨ ਕੀਤਾ, ਉਹਨੇ ਕਿਹਾ ਕਿ ਕਹਿੰਦਾ ਤੁਸੀਂ ਕਹਿੰਦੀ ਤੂੰ ਮਤਲਬ ਪੱਗ ਜਿਹੜੀ ਨਾ ਮਨਮੋਹਨ ਸਿੰਘ ਵਰਗੀ ਬੰਨਦਾ, ਤੇਰੇ ਕੋਲ ਉਹਨਾਂ ਨੇ ਦੂਜਾ ਸਰਦਾਰ ਦੇਖਿਆ ਸੀ। ਤੇ ਇੱਕ ਵਾਰੀ ਮੈਂ ਇੱਕ ਵਾਰੀ ਫਲਾਈਟ 'ਚ ਆ ਰਿਹਾ ਸੀਗਾ ਤੇ ਮੈਂ ਰਾਤ ਨੂੰ ਜਿੱਦਾਂ ਸੌਣ ਲੱਗੇ, ਕਿਉਂਕਿ ਰਾਤ ਦੀ ਜਦੋਂ ਫਲਾਈਟ ਹੁੰਦੀ ਆ ਪੱਗ ਲਾ ਕੇ ਉੱਪਰ ਰੱਖ ਲਈ ਦੀ ਆ ਤੇ ਛੋਟੀ ਪੱਗ ਬੰਨ ਕੇ ਤੇ ਫਲਾਈਟ 'ਚ ਪੈ ਜਾਈਦਾ, ਉਹ ਮੈਂ ਜਦੋਂ ਸਵੇਰੇ ਉੱਠ ਕੇ ਪੱਗ ਰੱਖਣ ਲੱਗਾ, ਕਿਉਂਕਿ ਮੈਂ ਦੁਬਾਰਾ ਪੱਗ ਰੱਖ ਲੈਣਾ, ਜਦੋਂ ਮੈਂ ਰੱਖਣ ਲੱਗਾ ਤਾਂ ਮੇਰੀ ਉੱਥੇ ਪੱਗ ਹੀ ਹੈ ਨਾ, ਮੈਂ ਗੱਲ ਨਹੀਂ ਪੱਗ ਕਿੱਥੇ ਗਈ। ਜਦੋਂ ਮੈਂ ਦੇਖਿਆ ਮੈਂ ਗੋਰੀ ਨੂੰ ਉਹਨੂੰ ਮਤਲਬ ਵੇਟਰਸ ਨੂੰ ਪੁੱਛਿਆ, ਉਹ ਕਹਿੰਦੀ ਵੀ ਪਤਾ ਨਹੀਂ ਇੱਥੇ ਹੋਣੀ ਆ, ਤੇ ਮੈਂ ਵਾਸ਼ਰੂਮ ਜਾਣ ਲੱਗਾ, ਮੈਂ ਦੇਖਿਆ ਇੱਕ ਗੋਰੀ ਨੇ ਉਹ ਪੱਗ ਖੋਲ੍ਹ ਕੇ ਨਾ ਉੱਥੇ ਲੈ ਕੇ ਉਹ ਸੁੱਤੀ ਪਈ। ਮੈਂ ਉਹਨੂੰ ਪੁੱਛਿਆ ਮੈਂ ਉਹਨੂੰ ਠਾਲਿਆ ਤਾਂ ਮੈਂ ਉਹਨੂੰ ਪੁੱਛਿਆ ਕਿ ਤੂੰ ਮੇਰੀ ਪੱਗ ਆਏ, ਉਹ ਕਹਿੰਦੀ ਉਹ ਸੋਰੀ ਸੋਰੀ ਮੈਂ ਸੋਚਿਆ ਕੋਈ ਬਲੈਂਕਿਟ ਪਿਆ ਆਇਆ, ਤੇ ਮੈਂ ਕਹਿੰਦੀ ਜਾ ਕੇ ਉੱਥੇ ਲੈ ਲਈ। ਸੋ ਕਈ ਵਾਰੀ ਏਦਾਂ ਪੱਗ ਨਾਲ ਬਣੀ ਗੱਲਾਂ ਹੁੰਦੀਆਂ ਵੀ ਰਹਿੰਦੀਆਂ, ਪਰ ਪੱਗ ਦੇ ਨਾਲ ਸਾਡੀ ਸਰਦਾਰੀ ਹੈ ਜੀ, ਔਰ ਪੱਗ ਦੇ ਨਾਲ ਹੀ ਮੇਰੀ ਇੱਕ ਨਵੀਂ ਪਹਿਚਾਣ ਬਣੀ। ਮੈਂ ਸਮਝਦਾ ਇਹ ਇਸ ਪੱਗ ਕਰਕੇ ਹੀ ਮੈਨੂੰ ਲੋਕਾਂ ਨੇ ਬਹੁਤ ਜ਼ਿਆਦਾ ਮਾਣ ਸਤਿਕਾਰ। ਇਹ ਪੱਗ ਤੇ ਜਿਹੜਾ ਤੁਸੀਂ ਉਹ ਲਗਾਉਂਦੇ ਹੋ ਨਾ ਗੋਲਡਨ ਕਲਰ ਦਾ, ਹਾਂਜੀ ਉਹ ਮੇਰੀ ਆਪਣੀ ਉਹ ਮੇਰੀ ਇਹ ਕਾਰਡ ਸੀਗੀ ਕਿ ਪਹਿਲੋਂ ਮੈਂ ਜਦੋਂ ਯੂਨੀਵਰਸਿਟੀ ਸੀਗਾ ਤਾਂ ਮੇਰੀ ਅੱਛਾ ਜਿਹੜੇ ਫੋਕ ਕੱਪੜੇ ਪਾਉਣੇ ਸ਼ੁਰੂ ਕੀਤੇ ਉਹ ਵੀ ਸਭ ਤੋਂ ਪਹਿਲਾਂ ਮੈਂ ਪਾਉਣੇ ਸ਼ੁਰੂ ਕੀਤੇ, ਉਹ ਫਰਲੇ ਵਾਲੀ ਪੱਗ ਤੇ ਮਤਲਬ ਨਾਲ ਚਾਦਰ ਕੁੜਤਾ ਤੇ ਹੋਰ ਸਾਰਾ। ਉਹ ਇੰਗਲੈਂਡ ਚ ਆਣ ਕੇ ਇੱਥੇ ਇਹ ਹੁੰਦਾ ਸੀਗਾ ਕਿ ਇੱਥੇ ਹੁਣ ਧੁੰਦ ਤਾਂ ਉਹ ਜਿਹਾ ਵੈਦਰ ਇੱਦਾਂ ਦਾ ਕਿ ਉਹ ਜਿਹੜੀ ਉਹਨੂੰ ਮਾਂਡੀ ਦੇਣੀ ਪੈਂਦੀ ਸੀ ਨਹੀਂ ਹੁੰਦੀ ਸੀ, ਸੋ ਮੈਂ ਸੋਚਿਆ ਸੀਗਾ ਕਿ ਪੱਗ ਦੀ ਸ਼ਾਨ ਦੇ ਲਈ ਕੁਛ ਉੱਤੇ ਹੋਰ ਕੁਛ ਲਾਇਆ ਜਾਵੇ, ਫਿਰ ਅਸੀਂ ਸਤਾਰੇ ਲਾਉਣੇ ਸ਼ੁਰੂ ਕੀਤੇ। ਉਹ ਵੀ ਇੱਕ ਬਹੁਤ ਵੱਡਾ ਫੈਸ਼ਨ ਹੋਇਆ ਕਿ ਪੱਗ ਦੇ ਉੱਤੇ ਸਤਾਰੇ ਲਾਉਣ ਦਾ। ਤੇ ਮੰਗਦੇ ਨਹੀਂ ਕਈ ਕਈ ਗੋਰੇ ਮੰਗਦੇ ਨਹੀਂ ਕਿ ਸਾਨੂੰ ਦੇ ਜਾਓ? ਹਾਂ ਬਿਲਕੁਲ ਜੀ, ਕਈ ਵਾਰੀ ਜਦੋਂ ਵੱਡੇ ਕਾਨਸਰਟ ਹੁੰਦੇ ਕਈ ਵਾਰੀ ਉੱਥੇ ਤੂੰਬੀ ਦੇਣੀ ਪੈਂਦੀ ਆ ਜਾਂ ਕਈ ਵਾਰੀ ਪੱਗ ਦੇ ਸਤਾਰੇ ਵੀ ਦੇ ਕੇ ਆਉਣਾ। ਹਾਂ ਬਿਲਕੁਲ, ਉਹ ਸੋਚਦੇ ਹੋਣਗੇ ਨਾ ਹਿੰਦੁਸਤਾਨ ਤੋਂ ਤਾਂ ਪਹਿਲਾਂ ਹੀ ਆਪਾਂ ਗੋਲਡ ਮਤਲਬ ਕੋਹੀਨੂਰ ਵਗੈਰਾ ਸਾਰਾ ਲੈ ਗਏ, ਇਹ ਕਿੱਥੋਂ ਆਇਆ ਇਹਨਾਂ ਕੋਲ, ਬੱਚੇ ਕਿੱਥੇ ਲੈ ਲਓ ਇਹ ਸਾਰਾ। ਉਹ ਫਿਰ ਕਹਿੰਦੇ ਨਹੀਂ ਸੋਵੀਨਰ ਦੇ ਤੌਰ ਤੇ ਕੁਛ ਸਾਨੂੰ ਜਿੱਦਾਂ ਮਤਲਬ ਕੁਝ ਸਾਈਨ ਕਰਕੇ ਦੇ ਦਿਓ, ਤੇ ਕਈ ਵਾਰੀ ਯੈਸ ਬਿਲਕੁਲ ਹੁੰਦਾ ਜੀ ਤੂੰਬੀ ਤੇ ਸਾਈਨ ਕਰਕੇ ਦੇਣੇ ਪੈਂਦੇ ਆ, ਜਾਂ ਤੁਹਾਨੂੰ ਕਈ ਵਾਰੀ ਇਸ ਤਾਰਿਆਂ ਦੀ ਹੁੰਦੀ ਗੱਲ, ਕਈ ਵਾਰੀ ਕੋਈ ਮੇਰੀ ਕੁੜ ਕਿਦਾਂ ਨਾ ਆਇਆ, ਇੱਕ ਵਾਰੀ ਆਪਣੇ ਕਿਦਾਂ ਨਾ ਆਇਆ ਇਟਲੀ ਦੇ ਵਿੱਚ, ਉਹਨਾਂ ਨੇ ਉਹ ਮੇਰਾ ਚਾਦਰ ਕੁੜਤਾ ਜਿਹੜਾ ਉਹ ਰੱਖਿਆ ਆ ਉਹਦੇ ਵਿੱਚ ਵੀ ਮੰਨ ਲਓ ਆਹ ਸਾਡਾ ਫੋਕ ਦਿਖਾ ਲੈਣ ਦੇ ਲਈ। ਸੋ ਕੋਸ਼ਿਸ਼ ਕੀਤੀ ਹੈ ਚਲੋ ਇਸ ਬਹਾਨੇ ਸਾਡਾ ਫੋਕ ਜਿਹੜਾ ਸਾਡਾ ਮਿਊਜ਼ਿਕ ਜਿਹੜਾ ਪਾਪੂਲਰ ਜਾਵੇ, ਲੋਕ ਗੋਰੇ ਜਿਹੜੇ ਉਹ ਖੁਸ਼ ਹੋਣ। ਔਰ ਬਹੁਤ ਫੈਸਟੀਵਲ ਮੈਂ ਕੀਤੇ ਜਿੱਥੇ ਆਪਣਾ ਇੱਕ ਵੀ ਨਹੀਂ ਸੀ ਬੰਦਾ ਹੁੰਦਾ, ਔਰ ਦਸ ਦਸ ਪੰਦਰਾਂ ਪੰਦਰਾਂ ਹਜ਼ਾਰ ਸਾਰੇ ਇਟਾਲੀਅਨ ਜਾਂ ਸਪੈਨਿਸ਼ ਲੋਕ ਹੁੰਦੇ ਸੀ ਜਿੱਥੇ, ਉਹ ਮਤਲਬ ਉਹ ਵੀ ਨਾਲ ਗਾਉਂਦੇ ਹੁੰਦੇ ਸੀ ਹੋ ਹੋ ਹਾਏ ਹਾਏ ਜਾਂ ਟੂਟਕ ਟੂਟਕ ਟੂਟੀਆਂ, ਉਹ ਵੀ ਨਾਲ ਗਾਉਂਦੇ। ਉਹ ਅਸੀਂ ਵੀ ਸੁਣਨਾ ਚਾਹੁੰਦੇ ਹਾਂ ਤੂਤਕ ਤੂਤਕ ਤੂਤੀਆਂ, ਪਰ ਮੈਂ ਪਹਿਲਾਂ ਇੱਕ ਕਾਲ ਲੈ ਲੈਂਦੀ ਹਾਂ ਫਿਰ ਉਸ ਤੋਂ ਬਾਅਦ ਆਪਾਂ ਉਹ ਸੁਣਦੇ ਵੀ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਿਮਰ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਸਭ ਤੋਂ ਜ਼ਿਆਦਾ ਕ੍ਰੈਡਿਟ ਤੁਹਾਨੂੰ ਦੇਵਾਂਗਾ ਕਿ ਤੁਸੀਂ ਬਹੁਤ ਅੱਛੇ ਅੱਛੇ ਆਰਟਿਸਟ ਲੈ ਕੇ ਆ ਰਹੇ ਹੋ, ਔਰ ਮਜ਼ੇ ਦੀ ਗੱਲ ਹੈ ਕਿ ਤੁਹਾਨੂੰ ਹਰ ਆਰਟਿਸਟ ਪੰਜਾਬੀ ਆਰਟਿਸਟ ਦੇ ਬਾਰੇ ਇੰਨਾ ਨੌਲੇਜ ਹੈ, ਔਰ ਤੁਹਾਡੀ ਗੱਲਬਾਤ ਬਹੁਤ ਬਿਹਤਰੀਨ ਹੁੰਦੀ ਹੈ। ਥੈਂਕ ਯੂ, ਥੈਂਕ ਯੂ ਸੋ ਮਚ ਜੀ। ਮਲਕੀ ਜੀ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬਾਜੀ, ਕੀ ਹਾਲ ਜੀ, ਠੀਕ ਠਾਕ ਹੋ? ਮਲਕੀ ਬਿਲਕੁਲ ਜੀ ਬਿਲਕੁਲ। ਮਲਕੀ ਜੀ, ਜਿਸ ਤਰ੍ਹਾਂ ਪੰਜਾਬੀ ਵਿਰਸੇ ਦੀ ਗੱਲ ਚੱਲੀ ਤੇ ਪੰਜਾਬੀ ਮਿਊਜ਼ਿਕ ਦੀ ਗੱਲ ਚੱਲੀ, ਪ੍ਰਕਾਸ਼ ਕੌਰ, ਤਜਿੰਦਰ ਕੌਰ ਤੇ ਆਸਾ ਸਿੰਘ ਮਸਤਾਨਾ ਨੇ ਉਹਨੂੰ ਸੰਭਾਲਦੇ ਸੰਭਾਲਦੇ ਅਗਾਂਹ ਤੁਹਾਡੇ ਤੇ ਸੌਂਪ ਦਿੱਤਾ ਹੈ। ਤੁਸੀਂ ਬਹੁਤ ਤਰੀਕੇ ਨਾਲ, ਬਹੁਤ ਅੱਛੀ ਤਰੀਕੇ ਨਾਲ ਪੰਜਾਬੀ ਵਿਰਸੇ ਨੂੰ, ਪੰਜਾਬੀ ਮਿਊਜ਼ਿਕ ਨੂੰ, ਪੰਜਾਬੀ ਫੋਕ ਨੂੰ ਬੜੇ ਅੱਛੀ ਤਰ੍ਹਾਂ ਅਗਾਂਹ ਸੰਭਾਲ ਰਹੇ ਹੋ, ਔਰ ਆਪਣੇ ਗਾਣੇ ਜਿੰਨੇ ਵੀ ਸਾਰੇ ਹੈਗੇ ਹੈ ਉਸ ਦੇ ਨਾਲ ਰੱਖੇ ਹੈ ਸੰਭਾਲ ਕੇ, ਔਰ ਨਾਲ ਤੁਸੀਂ ਜਿਹੜੀ ਤੂੰਬੀ ਵਜਾਉਂਦੇ ਹੋ, ਇੱਕ ਜਿਹੜੀ ਪੰਜਾਬੀ ਵਿਰਸੇ ਦੀ ਅਗਾਂਹ ਇੱਕ ਹੋਰ ਤੂੰਬੀ ਜਿਹੜੀ ਇੰਸਟਰੂਮੈਂਟ ਹੈ ਉਹ ਵੀ ਕਾਇਮ ਰੱਖਿਆ ਹੈ। ਆਲ ਦੀ ਆਲ ਤੁਸੀਂ ਆਪਣੇ ਜਿਹੜੇ ਵਿਰਸੇ ਨੂੰ ਇਸ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੈ
ਬਹੁਤ ਅੱਛਾ ਹੈ, ਇਸ ਤਰ੍ਹਾਂ ਹੀ ਰੱਖੀ ਰੱਖਣਾ। ਔਰ ਇੱਕ ਸਵਾਲ ਹੈ ਜੀ, ਤੁਹਾਡਾ ਕਦੀ ਦਿਲ ਨਹੀਂ ਕਰਦਾ ਕਿ ਅੱਜ ਦੇ ਮਿਊਜ਼ਿਕ ਜਿਸ ਤਰ੍ਹਾਂ ਹੁਣ ਨੱਠ ਭੱਜ ਵਾਲਾ ਮਿਊਜ਼ਿਕ ਚੱਲ ਰਿਹਾ ਹੈ, ਉਹਦੇ ਬਾਰੇ ਵੀ ਕੋਈ ਗਾਣਾ ਇਹੋ ਜਿਹਾ ਪਾਵੇ ਤੁਹਾਡਾ ਉਹਨਾਂ ਨੂੰ ਕੰਪੀਟ ਕਰਨ ਵਾਸਤੇ? ਚਲੋ, ਸਵਾਲ ਦਾ ਜਵਾਬ ਦਿੰਦੇ ਨੇ ਰਜਿੰਦਰ ਜੀ, ਉਹ ਥੈਂਕ ਯੂ ਜੀ। ਮੈਂ ਇੱਕ ਹੋਰ ਕਾਲ ਲੈ ਲੈਂਦੀ ਹਾਂ, ਫਿਰ ਆਪਾਂ ਦੋਨਾਂ ਦਾ ਜਵਾਬ ਦੇਵਾਂਗੇ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜਾਣ ਸਕਦੀ ਹਾਂ ਕਿਹਨਾਂ ਨਾਲ ਗੱਲ ਕਰ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਸੁਰਿੰਦਰ ਨਿਊਯਾਰਕ ਤੋਂ ਬੋਲਦੀ ਹਾਂ ਜੀ। ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਵੀਰ ਮਲਕੀਤ ਨੂੰ ਵੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਰਦੇ ਨੇ ਉਹ, ਸਤਿ ਸ਼੍ਰੀ ਅਕਾਲ ਕਰਦੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ, ਸਤਿ ਸ਼੍ਰੀ ਅਕਾਲ। ਮੇਰੀ ਵੀ ਆਵਾਜ਼ ਜਾ ਰਹੀ ਹੈ? ਹਾਂ ਹਾਂ, ਜਾ ਰਹੀ ਹੈ। ਉਹ ਪੁੱਛਦੇ ਨੇ ਕਿ ਮੇਰੀ ਵੀ ਆਵਾਜ਼ ਜਾ ਰਹੀ ਹੈ ਨਾ, ਮੈਂ ਕਿਹਾ ਹਾਂ ਬਿਲਕੁਲ ਜਾ ਰਹੀ ਹੈ। ਹਾਂਜੀ, ਤੇ ਉਹ ਪਹਿਲਾਂ ਜਿਹੜਾ ਮਤਲਬ ਸਾਰੀਆਂ ਹੀ ਗੱਲਾਂ ਬੜੀਆਂ ਵਧੀਆ ਲੱਗਦੀਆਂ ਜਦੋਂ ਆਰਟਿਸਟ ਤੇ ਪਰਮਾਤਮਾ ਦੇ ਇੱਕ ਇਹ ਵੀ ਨਾ, ਇਹ ਗੁਰੂਆਂ ਵਾਂਗੂ ਹੀ ਆ, ਮਤਲਬ ਜਿਸ ਤਰ੍ਹਾਂ ਸਾਡੇ ਗੁਰੂ ਬਾਣੀ ਦੇ ਨਾਲ ਜੁੜ ਕੇ ਅਸੀਂ ਖੁਸ਼ ਹੁੰਦੇ ਹਾਂ ਨਾ, ਸੰਗੀਤ ਵੀ ਪਰਮਾਤਮਾ ਦੀ ਇਹ ਦਾਤ ਹੈ, ਜਿਹਨੂੰ ਜਿੰਨਾ ਇਹਦੇ ਵਿੱਚ ਵੜੀ ਜਾਓ ਓਨਾ ਹੀ ਮਨ ਖੁਸ਼ ਹੁੰਦਾ ਏ, ਹੈ ਜੀ। ਤੇ ਜਿਹੜੀ ਹੁੰਦੀ ਆ ਬੰਦੇ ਨੂੰ ਕਿਤੇ ਨਾ ਕਿਤੇ, ਮਤਲਬ ਜਿਵੇਂ ਕਹਿੰਦੇ ਹੁੰਦੇ ਆ ਧੁੱਪ ਛਾਂ ਖੁਸ਼ੀ, ਇਹ ਵੀ ਚੱਲਦੀਆਂ ਹੀ ਰਹਿੰਦੀਆਂ ਏ, ਹੈ ਜੀ। ਤੇ ਉਹ ਚਾਹ ਦੀ ਗੱਲ ਸੀ ਨਾ, ਮੈਂ ਕਿਹਾ ਪਿੰਡਾਂ ਵਿੱਚ ਤਾਂ ਕਹਿ ਦਿੰਦੇ ਸੀਗੇ ਜੇ ਕੋਈ ਪੁੱਛਦਾ ਨਾ ਚਾਹ ਪੀਣੀ ਆ, ਚਾਹ ਦਾ ਕੀ ਪੁੱਛਣਾ, ਇਹ ਤਾਂ ਤੱਤਾ ਪਾਣੀ ਆ। ਤੇ ਮਤਲਬ ਉਦੋਂ ਕੋਈ ਇਹ ਨੀ ਸੀ ਕਹਿੰਦਾ ਹਾਂ ਵੀ ਚਾਹ ਪੀਣੀ, ਅੱਜ ਕੱਲ ਜੇ ਮੈਨੂੰ ਵੀ ਹੁਣ ਘਰੇ ਪੁੱਛਣਗੇ ਨਾ ਚਾਹ ਪੀਣੀ ਆ, ਮੈਂ ਕਿਹਾ ਚਾਹ ਦਾ ਕੀ ਪੁੱਛਣਾ, ਤੱਤਾ ਪਾਣੀ ਆ ਬਸ ਇਹ, ਤੇ ਬੰਦੇ ਨੇ ਇਹ ਪੀ ਲੈਣੀ ਆ। ਪਰ ਦੇਖੋ ਦੇਖੋ, ਇਹ ਵੀ ਸਾਡਾ ਕਲਚਰ ਆ ਜੀ, ਬੰਦਾ ਕਹਿੰਦਾ ਵੀ ਉਹ ਫਲਾਣੇ ਦੇ ਗਿਆ ਸੀ ਲੈ, ਉਹਨੇ ਚਾਹ ਵੀ ਨੀ ਪੁੱਛੀ। ਹਾਂਜੀ, ਚਾਹ ਵੀ ਨੀ ਪੁੱਛੀ। ਹਾਂਜੀ, ਤੇ ਹੁਣ ਹੀ ਮੇਰੇ ਦਿਮਾਗ ਚ ਆਇਆ, ਮੈਂ ਕਿਹਾ ਤੁਹਾਡਾ ਨਾਮ ਵੀ ਮਲਕੀਤ ਆ, ਤੇ ਆਪਣੇ ਕਹਿ ਦਿੰਦੇ ਆ ਨਾ ਵੀ ਮਲਕੀਤ ਜਿਹੜੀ ਹੈਗੀ ਆ ਜ਼ਮੀਨ ਜਾਇਦਾਦ ਜਿਵੇਂ ਹੁੰਦੀ ਆ ਲੋਕਾਂ ਦੀ ਮਲਕੀਤ, ਹਾਂਜੀ, ਜਦੋਂ ਰਜਿਸਟਰੀ ਹੁੰਦੀ ਆ। ਹਾਂਜੀ, ਤੇ ਤੁਹਾਡਾ ਨਾਮ ਵੀ ਇਸ ਤਰ੍ਹਾਂ ਹੀ ਪਰਮਾਤਮਾ ਨੇ, ਮਾਂ ਬਾਪ ਨੇ, ਰੱਬ ਵੱਲੋਂ ਹੀ ਆਉਂਦਾ ਏ ਨਾਮ ਜਿਹੜਾ ਬੰਦੇ ਦਾ ਹੁੰਦਾ ਏ। ਸਹੀ ਗੱਲ ਆ ਜੀ, ਮੇਰੀ ਮਾਂ ਕਹਿੰਦੀ ਹੁੰਦੀ ਸੀ ਲੋਕਾਂ ਦੀ ਮਲਕੀਅਤ, ਲੋਕਾਂ ਦੀ ਮਲਕੀਅਤ, ਪੰਜਾਬੀ ਲੋਕ ਨੂੰ ਸਾਂਭਣ ਦੀ ਰੱਬ ਨੇ ਸਾਨੂੰ ਮਲਕੀਅਤ ਦਿੱਤੀ ਆ। ਦਿਮਾਗ ਦੇ ਵਿੱਚ ਆਇਆ ਕਿ ਜਿਹੜਾ ਨਾਮ ਹੁੰਦਾ ਨਾ, ਇਹ ਵੀ ਰੱਬ ਦੀ ਕਿਰਪਾ ਦੇ ਨਾਲ ਜਿਸ ਤਰ੍ਹਾਂ ਦਾ ਇਨਸਾਨ ਹੁੰਦਾ ਨਾ, ਉਸ ਤਰ੍ਹਾਂ ਦਾ ਹੀ ਨਾਮ ਮਿਲਦਾ ਏ ਉਹਨੂੰ। ਥੈਂਕ ਯੂ ਸੋ ਮਚ। ਦੇਖੋ ਉਹਨਾਂ ਦਾ ਫੀਲ ਕਿੰਨਾ ਸੀਗਾ ਨਾ ਉਸ ਗੱਲ ਦੇ ਵਿੱਚ, ਕਿ ਮਤਲਬ ਕਹਿ ਰਹੇ ਸੀਗੇ ਵੀ ਗੱਲ ਕਰਦੇ ਹੋਏ ਚਾਹੇ ਗੱਲ ਦੇ ਵਿੱਚ ਮੇਰੇ ਕੋਈ ਲਾਈਨ ਦੀ ਕਮੀ ਰਹਿ ਗਈ ਹੋਵੇ, ਪਰ ਭਾਅ ਦੇ ਵਿੱਚ ਕੋਈ ਕਮੀ ਨਹੀਂ ਸੀਗੀ, ਜਿਹੜਾ ਉਹਨਾਂ ਦਾ ਮਤਲਬ ਫੀਲ ਆ ਰਿਹਾ ਸੀਗਾ ਨਾ ਉਹਦੇ 'ਚ ਕੋਈ ਕਮੀ ਨਹੀਂ ਸੀਗੀ। ਤੇ ਇਹ ਚੀਜ਼ਾਂ ਜਿਹੜੀਆਂ ਜੀ ਸਿਮਰ ਜੀ, ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਈਆਂ, ਇਹ ਜਿਹੜੀਆਂ ਚੀਜ਼ਾਂ ਨਾ ਸਾਨੂੰ ਆਕਸੀਜਨ ਦਾ ਕੰਮ ਦਿੰਦੀਆਂ। ਮੈਂ ਸਮਝਦਾ, ਮੈਂ ਇੱਕ ਵਾਰੀ ਫਲਾਈਟ 'ਚ ਜਾ ਰਿਹਾ ਸੀਗਾ ਤੇ ਬੀਬੀ ਜੀ ਪਿੱਛੋਂ ਆਏ, ਤਾਂ ਉਹਨਾਂ ਨੇ ਮੈਨੂੰ ਕਹਿੰਦੇ, ਮੈਨੂੰ ਪਤਾ ਲੱਗਾ ਕਿ ਮਲਕੀਤ ਫਲਾਈਟ 'ਚ ਬੈਠਾ, ਤੇ ਉਹਨੇ ਮਤਲਬ ਉਹ ਨਿਊਯਾਰਕ ਤੋਂ ਹੀ ਆ ਰਿਹਾ ਸੀਗੇ, ਮੈਂ ਅਸੀਂ ਇੰਡੀਆ ਜਾ ਰਿਹਾ ਸੀ, ਇੱਥੋਂ ਮੈਂ ਲੰਡਨ ਤੋਂ ਚੜਿਆ, ਤੇ ਉਹ ਮਤਲਬ ਉਹਨਾਂ ਨੇ ਆਣ ਕੇ ਮੈਨੂੰ $100 ਸੀਟ ਤੇ ਲੰਮੇ ਪਿਆਰ ਨੂੰ ਮਤਲਬ ਪਿਆਰ ਦਿੱਤਾ, ਮਤਲਬ ਕਹਿੰਦੇ ਵੀ ਤੁਸੀਂ, ਤੁਹਾਡੇ ਗੀਤ ਮੈਨੂੰ ਬਹੁਤ ਚੰਗੇ ਲੱਗਦੇ ਆ, ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਦਿਲ ਕਰਦਾ, ਤੇ ਹੋਰ ਸਾਰੇ ਗੀਤ ਤੁਸੀਂ ਬਹੁਤ ਚੰਗਾ ਗਾਉਂਦੇ ਆ। ਸੋ ਇਹ ਜਿਹੜੀਆਂ ਆਸ਼ੀਰਵਾਦ ਨੇ, ਇਹ ਜਿਹੜਾ ਪਿਆਰ ਆ, ਇਹ ਤੁਹਾਨੂੰ ਹਮੇਸ਼ਾ ਜ਼ਿੰਦਗੀ, ਦੇਖੋ $100 ਉਹਨਾਂ ਨੇ ਮੈਨੂੰ ਫਲਾਈਟ 'ਚ ਬੈਠਿਆ ਦਿੱਤਾ, ਸਨੀ ਮੈਂ ਕਿੰਨੇ ਹੋਰ $100 ਕਮਾਏ ਆ, ਪਰ ਮੈਨੂੰ ਉਹ $100 ਹਮੇਸ਼ਾ ਹੀ ਚੇਤਾ ਰਹੂਗਾ ਕਿ ਇਹ ਜਿਹੜਾ ਪਿਆਰ ਸਤਿਕਾਰ ਤੁਹਾਨੂੰ, ਸੁੱਤੇ ਨੂੰ ਠਾਲ ਕੇ ਵੀ ਲੋਕ ਤੁਹਾਨੂੰ ਇੰਨਾ ਪਿਆਰ ਦਿੰਦੇ ਨੇ ਵੀ ਲੈ ਪੁੱਤ ਤੈਨੂੰ ਮੈਂ ਪੈਸੇ ਪਿਆਰ ਦਿੰਦੇ। ਤੇ ਅਸੀਂ ਵੀ ਗਾਣਿਆਂ ਦੇ ਰੂਪ 'ਚ ਬਹੁਤ ਸਾਰਾ ਪਿਆਰ ਅੱਜ ਤੁਹਾਡੇ ਵੱਲੋਂ ਲੋਕਾਂ ਨੂੰ, ਆਪਣੇ ਵਿਊਅਰਸ ਨੂੰ ਦੇਣਾ ਚਾਹੁੰਦੇ ਹਾਂ, ਪਰ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਆਫਟਰ ਸ਼ਾਰਟ ਬ੍ਰੇਕ। ਤੇ ਜਦੋਂ ਆਪਾਂ ਬ੍ਰੇਕ ਲੈ ਰਹੇ ਸੀਗੇ ਤਾਂ ਉਸ ਵੇਲੇ ਮਲਕੀਤ ਜੀ ਆਪਣੇ ਮਿਊਜ਼ਿਕ ਦੇ ਇੰਸਟਰੂਮੈਂਟਸ ਦੀ ਸਾਰੀ ਸੈਟਿੰਗ ਕਰ ਰਹੇ ਸੀਗੇ, ਬਿਕੋਜ਼ ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਸੌਂਗ ਦੀ ਡਿਮਾਂਡ ਕਰਨ ਵਾਲੇ ਹਾਂ, ਹੈ ਨਾ।
ਤੇ ਫਿਰ ਦੇਖੋ ਕੋਈ ਵਿਆਹ ਹੋਏ, ਕੋਈ ਸ਼ਾਦੀ ਹੋਏ, ਕੋਈ ਸ਼ਗਨ ਹੋਏ, ਹੈ ਜਦੋਂ ਬੱਚਾ ਜੰਮਦਾ ਤਾਂ ਉਹਨੂੰ ਗਾਣਾ ਸਿਖਾਉਂਦੇ ਨਾ ਬੱਚੇ ਨੂੰ। ਉਹ ਬੱਚੇ ਨੂੰ ਪਹਿਲਾਂ ਕੀ ਸਿਖਾਉਂਦੇ ਨੇ, ਜਿਵੇਂ ਉਹ ਪਹਿਲਾਂ ਸ਼ੁਰੂ ਚ ਦਿੰਦੇ ਨਾ, ਕੀ ਦਿੰਦੇ ਹੁੰਦੇ ਨਾ ਬੱਚੇ ਨੇ, ਬੱਚੇ ਦੇ ਮੂੰਹ ਚ ਉਈ ਜਮਾ ਲੋ, ਪਤਾ ਕਈ ਬੱਚੇ ਕਹਿੰਦੇ ਦਹੀਂ ਜਮਾ ਲੋ, ਇਸ ਤਰ੍ਹਾਂ ਹੀ ਕਰਦੇ ਨਾ ਕਈ ਕਈ ਕਲਕੱਤਾ ਸਾਈਡ ਤੇ, ਇੱਧਰ ਮਹਾਰਾਸ਼ਟਰ ਸਾਈਡ ਤੇ ਪਹਿਲੋ ਪਹਿਲੋ ਦਹੀਂ ਜਮਾ ਲੋ ਵੀ ਕਹਿੰਦੇ ਰਹਾ ਜੀ, ਕੋਈ ਟੂਟਕ ਟੂਟਕ ਫੂਟੀਆਂ ਕਹਿੰਦਾ ਰਿਹਾ। ਹਾਂ, ਲੇਕਿਨ ਗੱਲ ਇਦਾਂ ਹੈ ਕਿ ਇਹ ਮਤਲਬ ਕਹਿੰਦੇ ਹੁੰਦੇ ਕਿ ਪੰਜਾਬੀ ਜਿਹੜੀ ਮਿਊਜ਼ਿਕ ਨੂੰ, ਮੈਂ ਸੋਚਦਾ ਵੀ ਸ਼ੰਭੂ ਬਾਰਡਰ ਤੱਕ ਹੀ ਆਉਂਦੇ ਹੁੰਦੇ ਸੀ ਸਾਡੇ ਪੰਜਾਬੀ ਗਾਣੇ, ਸਾਰੀ ਦੁਨੀਆਂ ਦੇ ਵਿੱਚ ਟੂਟਕ ਟੂਟਕ ਟੂਟੀਆਂ ਹੋ ਗਈਆਂ। ਔਰ ਸਿਮਰਜੀਤ, ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਅੱਜ ਵੀ ਰੈਕੋਰਡ ਹੈ ਉਹਦਾ, ਵਰਲਡ ਰੈਕੋਰਡ, ਦੁਨੀਆਂ ਦਾ ਸਭ ਤੋਂ ਵੱਧ ਵਿਕਣ ਵਾਲਾ ਕੋਈ ਜਿਹੜਾ ਇੰਡੀਅਨ ਸੌਂਗ, ਫਿਲਮ ਤਾਂ ਵੀ ਨਹੀਂ, ਇੰਡੀਅਨ ਸੌਂਗ ਸਾਰਾ। ਸੋ ਬਹੁਤ ਵੱਡਾ ਗਾਣਾ ਹੋਇਆ ਜੀ ਇਹ। ਸੱਚ ਕਹਿੰਦੇ ਕਹਿੰਦੇ ਤੁਸੀਂ ਕਿ ਉਹ ਰੁਕ ਗਏ ਵੀ ਇਸ ਦੁਨੀਆਂ 'ਚ ਸਭ ਤੋਂ ਵੱਧ ਸ਼ੋਅ ਦੇ ਪੈਸੇ ਲੈਣ ਵਾਲਾ ਵੀ ਇੰਡੀਅਨ ਜਿਹੜਾ ਸਿੰਗਰ ਪੰਜਾਬੀ, ਉਹ ਵੀ ਮੈਂ। ਨਹੀਂ ਨਹੀਂ, ਇਹ ਤਾਂ ਨਾ ਕਹੋ, ਮੈਨੂੰ ਲੱਗਦਾ ਇਹ ਕਿ ਰੁਕ ਗਏ, ਇਹ ਵੀ ਕਹਿਣਾ ਸੀਗਾ ਨਾ, ਦੱਸਣਾ ਸੀਗਾ ਨਾਲ। ਬਹੁਤ ਵਿਖਿਆ ਜੀ, ਬਹੁਤ ਸਾਰਾ ਲੋਕਾਂ ਨੇ ਪਿਆਰ ਦਿੱਤਾ। ਉਹੀ ਮੈਂ ਉਹੀ ਕਹਿੰਦਾ, ਕਿਉਂਕਿ ਜਿਹੜੀ ਜਿਹੜੀ ਕੰਪੋਜੀਸ਼ਨ, ਜਿਹੜੀ ਟਿਊਨ, ਜਿਹੜੀ ਵਰਲਡਿੰਗ, ਕਿਉਂਕਿ ਮੈਂ ਇੱਥੇ ਦੱਸਣਾ ਚਾਹੁੰਗਾ ਕਿ ਜਿਹਨੂੰ ਨਹੀਂ ਪਤਾ, ਕਿਉਂਕਿ ਆਪਾਂ ਟੂਟਕ ਟੂਟੀਆਂ ਦੀ ਗੱਲ ਕਰਦੇ ਸੀ, ਮੁੰਡਾ ਤੇ ਕੁੜੀ, ਮਤਲਬ ਮੁੰਡਾ ਕੁੜੀ ਨੂੰ ਕਹਿ ਰਿਹਾ ਕਿ ਤੂੰ ਟੂਟਾ ਵਾਲੇ ਖੂਹ ਤੇ ਆ ਜਾ ਕਰਕੇ, ਇੱਕ ਸ਼ਤੂਤ ਹੁੰਦਾ ਇੰਡੀਆ ਦੇ ਵਿੱਚ, ਜਿਹਨੂੰ ਛੋਟੀ ਛੋਟੀਆਂ ਗ੍ਰੇਵਸ ਵਾਂਗ ਲੱਗਦੇ ਨੇ, ਜਿਹਨੂੰ ਅਸੀਂ ਤੂਤੀਆਂ ਕਹਿੰਦੇ ਹਾਂ। ਮੁੰਡਾ ਕੁੜੀ ਨੂੰ ਕਹਿ ਰਿਹਾ ਕਿ ਤੂੰ ਤੱਕ ਉੱਪਰ ਨੂੰ ਉਂਗਲ ਕਰਕੇ ਟ੍ਰੀ ਵੱਲ, ਤੂੰ ਤੱਕ ਉਹ ਦੇਖ ਤੂਤੀਆਂ ਲੱਗੀਆਂ ਹੋਈਆਂ, ਔਰ ਆਪ ਤੂਤਾਂ ਵਾਲੇ ਖੂਹ ਤੇ ਆ ਜਾ, ਮੈਂ ਤੈਨੂੰ ਤੋੜ ਤੋੜ ਕੇ ਤੂਤੀਆਂ ਦਊਂਗਾ ਤੇ ਆਪਾਂ ਬੈਠ ਕੇ ਖਾਵਾਂਗੇ, ਕਿਉਂਕਿ ਉਸ ਟਾਈਮ ਚ ਇਹੀ ਹੁੰਦਾ ਸੀ। ਦੈਟਸ ਵਾਈ ਮੇਰੇ ਗੀਤ ਜਿਹੜੇ ਤੂਤ ਤੂਤੀਆਂ ਜਾਂ ਗੁੜ ਨਾਲ ਗੁੜ ਗੰਨੇ ਮਿੱਠੇ ਗੰਨੇ ਰੋ ਚੁੱਕੀਏ, ਉਦੋਂ ਇਹੀ ਚੀਜ਼ਾਂ ਹੁੰਦੀਆਂ ਸੀ। ਉਦੋਂ ਸਮੋਸੇ ਜਾਂ ਕੋਈ ਚਾਈਨੀਜ਼ ਫੂਡ, ਜਾਂ ਬੰਦਾ ਇਹ ਨਹੀਂ ਸੀ ਕਹਿੰਦਾ ਚੱਲ ਤੈਨੂੰ ਪੀਜ਼ਾ ਖਿਲਾ ਕੇ ਲਿਆਵਾਂ, ਉਹਨੂੰ ਪਤਾ ਹੀ ਨਹੀਂ ਹੁੰਦਾ ਲੋਕਾਂ ਨੂੰ, ਜਾਂ ਕੌਫੀ ਬਣਾ ਕੇ ਲਿਆਵਾਂ। ਹਾਂਜੀ, ਕਿ ਆ ਜਾ ਤੂਤਾਂ ਵਾਲੇ ਖੂਹ ਤੇ ਤੇ ਉੱਥੇ ਗੱਲਾਂ ਕਰੀਏ ਮੂੰਹ ਤੇ। ਹਾਂਜੀ ਲਾਉਰੀ, ਫਿਰ ਉਹੀ ਤੁਹਾਨੂੰ ਮਹਿਸੂਸ ਕਰਦਾ ਹੁੰਦਾ ਕਿ ਜਿਵੇਂ ਤੁਸੀਂ, ਮੈਂ ਨਹੀਂ ਦੇਖ ਸਕਦਾ ਆਡੀਅੰਸ ਨੂੰ, ਆਡੀਅੰਸ ਤਾਂ ਮੈਨੂੰ ਵੇਖਦੀ ਹੈ, ਤੇ ਮਤਲਬ ਤੁਸੀਂ ਉਹ ਫੀਲ ਲੈ ਕੇ ਗਾਓਗੇ ਜਾਂ ਉਹ ਫੀਲ ਲੈ ਕੇ ਗੱਲ ਕਰੋਗੇ, ਤੇ ਉਹੀ ਗੱਲ ਜਦੋਂ ਆਪਾਂ ਪਹਿਲੋਂ ਗੱਲ ਕੀਤੀ ਸੀ, ਫਿਰ ਅੰਦਰੋਂ ਗੱਲ ਨਿਕਲਦੀ ਹੈ, ਅੰਦਰੋਂ ਗਾਇਕੀ ਨਿਕਲਦੀ ਹੈ, ਫਿਰ ਹੀ ਤੁਸੀਂ ਸਵਾਦ ਲੈ ਕੇ ਗਾਓਗੇ ਤਾਂ ਲੋਕਾਂ ਨੂੰ ਵੀ ਸਵਾਦ। ਅੰਦਰੋਂ ਗੱਲ ਨਿਕਲਦੀ ਹੈ, ਅੰਦਰੋਂ ਗਾਇਕੀ ਨਿਕਲਦੀ ਹੈ, ਤੇ ਫਿਰ ਖੁਸ਼ੀ ਦੇ ਵਿੱਚ ਅੱਖਾਂ ਵੀ ਨਮ ਹੋ ਜਾਂਦੀਆਂ ਨੇ। ਹਾਂ ਬਿਲਕੁਲ ਸਹੀ ਗੱਲ। ਤੇ ਫਿਰ ਮੈਂ ਇੱਕ ਹੋਰ ਸਵਾਲ ਜਿਹਾ, ਥੋੜ੍ਹਾ ਜਿਹਾ ਸੀਰੀਅਸ ਜਿਹਾ ਹੈਗਾ, ਕਿ ਜਦੋਂ ਜਿਸ ਤਰ੍ਹਾਂ ਆਦਤ ਹੈ ਨਾ ਵੀ ਗਾਣਾ ਗਾਣਾ ਭੀੜ ਦੇ ਵਿੱਚ, ਜਦੋਂ ਤੱਕ ਮਤਲਬ ਉੱਚੀ ਆਵਾਜ਼, ਸਾਊਂਡ ਚੈੱਕ ਕਰਨਾ, ਹੈ ਨਾ,
ਫਿਰ ਭੀੜ ਚੋਂ ਕਿਸੇ ਨੇ ਕਹਿਣਾ ਮਲਕੀਤ ਜੀ ਇਹ ਸੁਣਾਉਣਾ, ਮਲਕੀਤ ਜੀ ਉਹ ਸੁਣਾਉਣਾ, ਉਸ ਤੋਂ ਬਾਅਦ ਫਿਰ ਜਦੋਂ ਸ਼ੋਅ ਖਤਮ ਹੋਣਾ ਆਟੋਗ੍ਰਾਫਸ ਦੇਣੇ, ਹੈ ਨਾ, ਭੀੜ ਚੋਂ। ਦੋ ਸਵਾਲ ਨੇ, ਇੱਕ ਤਾਂ ਅੱਜ ਤੱਕ ਮੈਂ ਤੁਹਾਡੇ ਨਾਲ ਕਦੇ ਵੀ ਕਿਸੇ ਬਾਊਂਸਰਸ ਨੂੰ ਨਹੀਂ ਵੇਖਿਆ, ਤੁਹਾਨੂੰ ਇਸੇ ਤਰ੍ਹਾਂ ਮੈਂ ਵੇਖਿਆ ਹਮੇਸ਼ਾ, ਚਾਹੇ ਕੋਈ ਵੱਡਾ ਸ਼ੋਅ ਹੋਏ, ਭੀੜ ਹੋਏ, ਕੁਛ ਵੀ ਹੋਏ, ਹੈ ਨਾ। ਮਤਲਬ ਤੁਸੀਂ ਇਸ ਤਰ੍ਹਾਂ ਕਦੇ ਨਹੀਂ ਰੱਖਿਆ ਨਾ ਵੀ ਇਹ ਬਾਊਂਸਰਸ ਉਹਨਾਂ ਨੂੰ ਦੂਰ ਕਰੋ, ਉਹਨਾਂ ਨੂੰ ਦੂਰ ਕਰੋ, ਹੈ ਨਾ। ਦੇਖੋ ਜੀ, ਮੈਂ ਇੱਥੇ ਇਹ ਕਹਿਣਾ ਚਾਹੂੰਗਾ, ਜਿਹੜੀ ਨਵੀਂ ਪਨੀਰੀ ਵੀ ਆ, ਸਾਡੇ ਨਵੇਂ ਸਿੰਗਰ ਵੀ ਜਿਹੜੇ ਨੇ, ਕਿ ਜਿਹੜੇ ਜਿਹੜੇ ਫੈਨ ਹੁੰਦੇ ਨਾ ਤੁਹਾਡੇ, ਫੈਨ ਜਿਹੜੇ ਆ, ਉਹ ਆਪਣੇ ਆਪ ਚ ਤੁਹਾਡੇ ਬਾਊਂਸਰ ਨੇ, ਉਹ ਆਪਣੇ ਆਪ ਚ ਤੁਹਾਡੇ ਬਾਊਂਸਰ ਨੇ, ਕਿਉਂਕਿ ਤੁਸੀਂ ਇਸ ਚੀਜ਼ ਨੂੰ ਤਰਸਦੇ ਹੁੰਦੇ ਆ ਜਦੋਂ ਤੁਸੀਂ ਪਹਿਲੋਂ ਨਵੇਂ ਸ਼ੁਰੂ ਹੁੰਦੇ ਆ, ਕਿ ਕੋਈ ਸਾਨੂੰ ਜਾਣੇ, ਕੋਈ ਸਾਡਾ ਆਟੋਗ੍ਰਾਫ ਲਵੇ, ਕੋਈ ਸਾਨੂੰ ਸਾਨੂੰ ਵੀ ਆਣ ਕੇ ਕੋਈ ਜੱਫੀ ਪਾਵੇ, ਸਾਨੂੰ ਵੀ ਕੋਈ ਆਣ ਕੇ ਮਤਲਬ ਨਾ ਪਿਆਰ ਕਰੇ, ਤੇ ਉਸ ਚੀਜ਼ ਤੋਂ ਜਦੋਂ ਤੁਸੀਂ ਫਿਰ ਬਾਊਂਸਰ ਰੱਖ ਕੇ ਉਹਨਾਂ ਨੂੰ ਪਰੇ ਕਰਦੇ ਆ, ਤੇ ਮੈਂ ਸਮਝਦਾ ਉਹਨਾਂ ਦਾ ਬਹੁਤ ਦਿਲ ਟੁੱਟਦਾ। ਸੋ ਮੈਂ ਕਦੇ ਵੀ, ਕਿਉਂਕਿ ਔਰ ਦੂਸਰੀ ਗੱਲ ਹੈ ਕਿ ਆਪਾਂ ਗਾਇਆ ਹੀ ਐਸਾ ਆ ਕਿ ਕਿਸੇ ਤੇ ਕੋਈ ਇਤਰਾਜ਼ ਵਾਲੀ ਨੀ ਗੱਲ, ਕੋਈ ਜਿਹੜੀ ਕੋਈ ਮਤਲਬ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਹੋਵੇ, ਆਪਾਂ ਕਿਹੜੇ ਕੋਈ ਕੁੱਟ ਖਾਣ ਵਾਲੇ ਗਾਣੇ ਗਾਏ ਆ, ਕਿ ਜਿਹਨਾਂ ਨੂੰ ਕੋਈ ਜਿੱਥੋਂ ਕੋਈ ਡਰ ਲੱਗੇ ਕਿ ਯਾਰ ਪਤਾ ਨੀ ਹੁਣ ਮਤਲਬ ਲੜਾਈ ਚ ਨਾ ਹੋ ਜਾਵੇ, ਝਗੜਾ ਨਾ ਹੋ ਜਾਵੇ। ਮੇਰਾ ਤਾਂ ਸਭ ਤੋਂ ਵੱਡਾ ਤਿਆਰ ਹੁੰਦਾ ਕਿ ਜਦੋਂ ਕੋਈ ਮਾੜਾ ਮੋਟਾ ਕੋਈ ਹਿਲਜੁਲ ਹੋਵੇ ਜਾਂ ਕੁਛ ਵੀ ਹੋਵੇ, ਤੁਸੀਂ ਮਾਵਾਂ ਦਾ ਕੋਈ ਗੀਤ ਸ਼ੁਰੂ ਕਰ ਦਿਓ ਜਾਂ ਕੋਈ ਹੋਰ ਗੀਤ ਸ਼ੁਰੂ ਕਰ ਦਿਓ। ਤੇ ਮੈਂ ਇੱਥੇ ਇਹ ਦੱਸਣਾ ਚਾਹੂੰਗਾ, ਅਮਰੀਕਾ ਕੈਨੇਡਾ ਦੇ ਵਿੱਚ ਪਹਿਲੀਆਂ ਜਦੋਂ ਮੈਂ 87-88 ਤੋਂ ਅਸੀਂ ਸ਼ੁਰੂ ਕੀਤਾ ਆ ਮਤਲਬ ਲਾਈਵ ਸ਼ੋਅ ਕਰਨੇ ਅਮਰੀਕਾ ਕੈਨੇਡਾ ਚ, ਉਦੋਂ ਇਹ ਰਿਕਾਰਡ ਹੁੰਦਾ ਸੀਗਾ ਉੱਧਰ ਸਾਰੀ, ਕਿਉਂਕਿ ਦੇਸੀ ਬੰਦੇ ਸਾਰੇ ਗਏ ਸੀਗੇ, ਤੇ ਉਹ 20 ਮਿੰਟ ਚ ਲੜ ਪੈਂਦੇ ਹੁੰਦੇ ਸੀ, 20-25 ਮਿੰਟ ਸ਼ੋਅ ਮਸੀ, ਜਿਹਦਾ 20 ਮਿੰਟ ਸ਼ੋਅ ਚੱਲ ਜਾਵੇ ਉਹ ਬੜਾ ਕਾਮਯਾਬ ਸ਼ੋਅ ਮੰਨਿਆ ਜਾਂਦਾ ਸੀ, ਵੀ ਲੈ ਵੀ ਸੁੱਖ ਜ਼ਮੀਲੀ 20-25 ਮਿੰਟ ਕੱਢ ਗਿਆ, ਨਹੀਂ ਤਾਂ ਲੋਕ ਦਰ ਦੁਰ ਪੀ ਕੇ ਲੜ ਪੈਂਦੇ ਹੁੰਦੇ ਸੀ। ਪਰ ਮੈਂ ਐਸਾ ਲੱਕੀ ਰਿਹਾ ਕਿ ਅਸੀਂ ਵਿੱਚ ਮਤਲਬ 3-3 ਘੰਟੇ ਪ੍ਰੋਗਰਾਮ ਲਾਇਆ, ਕਿਉਂਕਿ ਇੱਕ ਤਾਂ ਅਸੀਂ ਲਗਾਤਾਰ ਗੀਤ ਗਾਉਂਦੇ ਰਹੇ, ਲੋਕਾਂ ਨੂੰ ਵਿੱਚ ਬੋਲਣ ਦੀ ਜਿੱਦਾਂ ਉਹਨਾਂ ਨੂੰ ਥਾਂ ਹੀ ਨੀ ਛੱਡੀ, ਤੇ ਦੂਸਰਾ ਏਦਾਂ ਸੀਗਾ ਕਿ ਜੇ ਮਾੜੀ ਮੋਟੀ ਵੀ ਕੋਈ ਗੱਲਬਾਤ ਹੁੰਦੀ ਸੀਗੀ ਤਾਂ ਲੋਕ, ਤੇ ਮੈਂ ਗਾਉਣ ਲੱਗ, ਮੈਂ ਜਦੋਂ ਪਤਾ ਲੱਗ ਜਾਂਦਾ ਵੀ ਹਿਲਜੁਲ ਹੋ ਰਹੀ ਹੈ ਤਾਂ ਮੈਂ ਗਾਣਾ ਗਾਉਣਾ ਵੀ, ਮੈਂ ਮਾਵਾਂ ਠੰਡੀਆਂ ਛਾਵਾਂ, ਮਾਵਾਂ ਠੰਡੀਆਂ ਛਾਵਾਂ, ਨੀ ਚਿੱਠੀਏ ਵਤਨਾ ਦੀਏ, ਤੈਨੂੰ ਚੁੰਮੇ ਅੱਖੀਆਂ ਨਾਲ ਨਾਵਾਂ, ਪੁੱਤ ਪਰਦੇਸੀ ਹੋਣ ਜਿਨ੍ਹਾਂ ਦੇ, ਪੁੱਤ ਪਰਦੇਸੀ ਹੋਣ ਜਿਨ੍ਹਾਂ ਦੇ, ਰਾਵਾੜੀ ਕਣ ਮਾਵਾਂ, ਮਾਵਾਂ ਠੰਡੀਆਂ ਛਾਵਾਂ, ਮਾਵਾਂ ਠੰਡੀਆਂ ਛਾਵਾਂ। ਉਹੀ ਲੋਕ ਜਿਹੜੇ ਉੱਠ ਕੇ ਕੋਈ ਮਾੜਾ ਮੋਟਾ ਇੱਕ ਦੂਜੇ ਨਾਲ ਕੋਈ ਡਬਲ ਕਰਨ ਦੀ ਕੋਸ਼ਿਸ਼ ਕਰਦੇ, ਉਹੀ ਬੈਠੇ ਮੈਂ ਫਿਰ ਬਾਅਦ ਚ ਰੋਂਦੇ ਦੇਖੇ ਕਿ ਮਤਲਬ ਜਦੋਂ ਤੁਸੀਂ, ਤੁਹਾਡੇ ਗੀਤ ਏਦਾਂ ਦੇ ਹੋਣੇ ਚਾਹੀਦੇ ਆ। ਮੈਂ ਸਮਝਦਾ ਕਿ ਜਿਹੜਾ ਕਲਾਕਾਰ ਦੇ ਕੋਲ ਨਚਾਉਣ ਵਾਲੀ ਵੀ ਗੱਲ ਹੋਵੇ, ਹਸਾਉਣ ਵਾਲੀ ਵੀ ਗੱਲ ਹੋਵੇ, ਸਮਝਾਉਣ ਵਾਲੀ ਵੀ ਗੱਲ ਹੋਵੇ, ਤੇ ਰਵਾਉਣ ਵਾਲੀ ਵੀ ਗੱਲ ਹੋਵੇ, ਕਿ ਗੀਤ ਕੋਈ ਐਸੇ ਹੋਣ ਜਿਹੜੇ ਦਿਲ ਤੇ ਸਿੱਧੇ ਵੱਜਣ, ਬੰਦੇ ਦੀਆਂ ਅੱਖਾਂ ਚੋਂ ਅੱਥਰੂ ਵੀ। ਮੈਂ ਪਹਿਲਾਂ ਇੱਕ ਦੋ ਕਾਲ ਲੈ ਲਾ, ਫਿਰ ਮੈਂ ਆਪਣਾ ਦੂਜਾ ਸਵਾਲ ਵੀ ਕਰਦੀ ਆ। ਹੈਲੋ ਹੈਲੋ, ਦੇਖੋ ਜਦੋਂ ਮੈਂ ਕਾਲ ਲੈ ਰਹੀ ਆ ਨਾ ਫਿਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਿਮਰ ਜੀ, ਔਰ ਸਤਿ ਸ਼੍ਰੀ ਅਕਾਲ ਮੁਕੀਰ ਜੀ ਨੂੰ, ਮੇਰੇ ਵੱਲੋਂ ਦੋਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਮੈਂ ਮੁਕੀਰ ਜੀ ਨਾਲ ਗੱਲ ਕਰਦਾ, ਜਦੋਂ 88 ਵਿੱਚ ਇੱਥੇ ਨਿਊਯਾਰਕ ਆਏ ਸਨ, ਇਹਨਾਂ ਦਾ ਜਦੋਂ ਸ਼ੋਅ ਕਰਾਇਆ ਉਦੋਂ ਇਹਨਾਂ ਨਾਲ ਪ੍ਰੀਤੀ ਸਪਰੂ ਜੀ ਵੀ ਆਏ ਸਨ, ਤਾਂ ਉਦੋਂ ਅਸੀਂ ਵੀ ਸਿੰਗਲ ਸੀ, ਤਾਂ ਬਾਅਦ ਚ ਇਹਨਾਂ ਦਾ ਜਦੋਂ ਸ਼ੋਅ ਦੇਖਣ ਗਏ, ਸਭ ਤੋਂ ਜਿਹੜਾ ਕਿ ਪੰਜਾਬੀ ਸ਼ੋਅ ਇਹਨਾਂ ਦਾ ਨਿਊਯਾਰਕ ਭਰਿਆ ਸੀਗਾ, ਨਹੀਂ ਤੇ ਪਹਿਲੇ ਜ਼ਿਆਦਾ ਜ਼ਿਆਦਾ ਸ਼ੋਅ ਇੱਥੇ ਹੋਇਆ ਕਰਦੇ ਸਨ ਹਾਈ ਸਕੂਲ 'ਚ, ਬਸ ਇਹੋ ਜਿਹੀਆਂ ਜਗ੍ਹਾ 'ਤੇ। ਔਰ ਇਹਨਾਂ ਦਾ ਮਨਹਾਤਨ ਜਦੋਂ ਸ਼ੋਅ ਹੋਇਆ ਤੇ ਜਨਤਾ ਨੂੰ ਜਗ੍ਹਾ ਨਹੀਂ ਮਿਲੀ ਬਹਿਣ ਵਾਸਤੇ, ਇੰਨਾ ਇਹਨਾਂ ਦਾ ਉਹ ਜਿਹੜਾ ਸ਼ੋਅ ਭਰਿਆ ਸੀ। ਜਿਵੇਂ ਦੱਸਿਆ ਉਹਨਾਂ ਨੇ ਕਿ ਸਕੂਲਾਂ ਚ ਹਾਲਾਂ ਚ ਜਾਂ ਛੋਟੇ ਹਾਲਾਂ ਚ ਪ੍ਰੋਗਰਾਮ ਹੁੰਦੇ ਹੁੰਦੇ ਸੀ, ਐਡਾ ਵੱਡਾ ਰਿਸਕ ਲਿਆ ਮੇਰੇ ਲਈ ਕਿ ਮਤਲਬ ਇੱਕ ਲਿੰਕਨ ਸੈਂਟਰ ਬੁੱਕ ਕਰ ਦਿੱਤਾ,
ਔਰ ਉਹਨੂੰ ਉਹ ਹੁਣ ਮੇਰੀ ਕਿੰਨੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਤਦੇ ਕਹਿੰਦੇ ਨੇ ਤੁਸੀਂ ਬੜੇ ਫਿੱਟ ਰਹਿੰਦੇ ਆ, ਬੜੇ ਕਰਕੇ ਫਿੱਟ ਤਾਂ ਤਾਂ ਰਹਿੰਦੇ ਕਰਕੇ ਫਿਕਰ ਬਹੁਤ ਹੁੰਦਾ ਹੈ। ਜਦੋਂ ਤੁਹਾਡੇ ਤੇ ਕੋਈ ਬੰਦਾ ਇੰਨਾ ਟਰਸਟ ਕਰੇ ਕਿ ਯਾਰ ਐਡੇ ਵੱਡਾ ਹਾਲ ਵਰਕ ਕਰ ਲਿਆ, ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਤੁਹਾਨੂੰ ਇਹ ਲੱਗਦਾ ਕਿ ਯਾਰ ਲੋਕ ਵੀ ਆਉਣ, ਫਿਰ ਲੋਕ ਆ ਗਿਆ ਫਿਰ ਮੇਰਾ ਮਿਊਜ਼ਿਕ ਵੀ ਵਧੀਆ ਹੋਵੇ, ਫਿਰ ਮੈਂ ਗਾਵਾਂ ਤਾਂ ਮੈਂ ਗਾਊਂਗਾ ਤਾਂ ਮੈਂ ਆਪਣੀ 100% ਜੋਬ ਜਿਹੜੀ ਕਰਨੀ ਕਰਨੀ ਆ। ਸੋ ਲੋਕਾਂ ਦੇ ਜਿਹੜੇ ਲੋਕ ਪਸੰਦ ਵੀ ਕਰਨ, ਸੋ ਉਹਦੇ ਕਰਕੇ ਇਹ ਬਹੁਤ ਵੱਡਾ ਤੁਸੀਂ ਦੇਖ ਲਓ ਜੀ, ਪਹਿਲੀ ਵਾਰੀ ਪੰਜਾਬੀ ਸ਼ੋਅ ਕੋਈ ਐਡੀ ਵੱਡੀ ਜਗ੍ਹਾ ਤੇ ਹੋਇਆ ਸੀ ਔਰ ਸੋਲਡ ਆਊਟ ਹੋਇਆ। ਸੱਚੀ ਸਹੀ ਗੱਲ, ਰੂਹ ਦੀ ਖੁਰਾਕ ਹੈ ਪਬਲਿਕ, ਸਾਊਂਡ, ਆਟੋਗ੍ਰਾਫਸ, ਬਿਕੋਜ਼ ਉਹਦੇ ਲਈ ਆਪਾਂ ਮਿਹਨਤ ਕਰ ਰਹੇ ਹਾਂ ਨਾ। ਅਤੇ ਇਸ ਵੇਲੇ ਜਿਹੜਾ ਸਿਨੈਰੀਓ ਹੈਗਾ, ਮੈਨੂੰ ਨਹੀਂ ਲੱਗਦਾ ਮਲਕੀ ਜੀ ਇੰਨਾ ਲੰਬਾ ਚਿਰ ਤੁਸੀਂ ਕਦੇ ਘਰ ਇਸ ਤਰ੍ਹਾਂ ਬੈਠੇ ਹੋਵੋਗੇ, ਹੈ ਨਾ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ ਜੀ, ਕਿਉਂਕਿ ਕਿਤੇ ਨਾ ਕਿਤੇ ਫਿਕਰ ਲੱਗਦਾ ਹੈ, ਫਿਕਰ ਲੱਗਦਾ ਹੈ, ਟੈਂਸ ਕਰਦੀ ਹੈ ਇਹ ਗੱਲ। ਹਾਂ ਬਿਲਕੁਲ ਬਿਲਕੁਲ, ਬਹੁਤ ਬਹੁਤ ਜ਼ਿਆਦਾ ਟੈਂਸ ਹੁੰਦੀ ਹੈ ਜੀ, ਕਿਉਂਕਿ ਦੂਸਰੀ ਗੱਲ ਜਿਹੜੇ ਇੰਡੀਆ ਦੇ ਮੈਜੀਸ਼ੀਅਨ ਨੇ ਜਾਂ ਇੰਡੀਆ ਦੇ ਕਲਾਕਾਰ ਨੇ, ਜਿਹੜੇ ਛੋਟੇ ਕਲਾਕਾਰ ਨੇ, ਮਤਲਬ ਉਹਨਾਂ ਦੀ ਜਦੋਂ ਹਾਲਾਤ ਜਾਂ ਜਦੋਂ ਉਹ ਫੋਨ ਕਰਕੇ ਦੱਸਦੇ ਨੇ ਕਿ ਭਾਜੀ ਪਹਿਲੇ ਜਿਹੜੇ ਛੋਟੇ ਛੋਟੇ ਪ੍ਰੋਗਰਾਮ ਹੁੰਦੇ ਸੀਗੇ ਤੇ ਉਹ ਵੀ ਹੁਣ ਹੁੰਦਾ ਨੀ ਕੁਛ ਵੀ, ਤੇ ਉਹੀ ਗੱਲ ਆ ਵੀ ਜਿਹੜਾ ਰੋਜ਼ ਕਮਾਉਣ ਵਾਲੇ ਬੰਦੇ ਮਜੀਸ਼ੀਅਨ ਉਹਨਾਂ ਦੀ ਜਦੋਂ ਗੱਲਬਾਤ ਸੁਣੀਦੀ ਆ ਤੇ ਬੜਾ ਬੜਾ ਮਨ ਡਰਦਾ, ਕਿਉਂਕਿ ਸਾਡੇ ਸ਼ੋਅ ਬਹੁਤ ਸੀਗੇ, ਸਾਡੇ ਵੈਡਿੰਗ ਪਾਰਟੀਆਂ ਬਹੁਤ ਸੀਗੀਆਂ। ਮੈਂ ਤਾਂ ਇਸ ਵੀਕ ਨਿਊਯਾਰਕ ਹੋਣਾ ਸੀਗਾ, ਕਰਕੇ ਨਿਊਯਾਰਕ ਤੇ ਨਿਊਯਾਰਕੀ ਵੀਕਐਂਡ ਤੇ ਪਹਿਲੋਂ ਸਾਲ ਪਹਿਲੋਂ ਬੁਕਿੰਗ ਹੋ ਜਾਂਦੀਆਂ, ਮਤਲਬ ਸਾਰੀਆਂ ਬਾਹਰ ਦੀਆਂ ਜਿਹੜੀਆਂ ਬੁਕਿੰਗ ਨੇ, ਤੇ ਉਹ ਸਾਰੇ ਜਿਹੜੇ ਪ੍ਰੋਗਰਾਮ ਨੇ ਉਹ ਸਾਰੇ ਅਗਲੇ ਸਾਲ ਤੇ ਚਲੇ ਗਏ ਨੇ। ਤੇ ਤੁਸੀਂ ਇੰਨਾ ਚਿਰ, ਮੈਂ ਕਦੇ ਆਪਣੀ ਲਾਈਫ 'ਚ ਨਹੀਂ ਕਦੇ ਘਰ ਬੈਠਾ ਇੰਨਾ, ਬਿਕੋਜ਼ ਮੈਂ ਤਾਂ ਇੱਕ ਹਫ਼ਤੇ ਲਈ ਆਉਣਾ ਹੁੰਦਾ ਜਾਂ 10 ਦਿਨ ਲਈ ਆਉਣਾ, ਔਰ ਇਹ ਮੇਰਾ ਪਰਮਾਤਮਾ ਨੇ ਬੜੀ ਇੱਜ਼ਤ ਬਹੁਤ ਸਤਿਕਾਰ ਦਿੱਤਾ ਲੋਕਾਂ ਦਾ ਕਿ ਮੈਂ ਤਾਂ, ਮੇਰੀ ਤਾਂ ਵਾਈਫ ਮਤਲਬ ਸੂਟਕੇਸ ਵੀ ਮੈਨੂੰ ਕਈ ਵਾਰੀ ਲੰਡਨ ਏਅਰਪੋਰਟ 'ਤੇ ਫੜਾਉਣ ਜਾਂਦੀ ਰਹੀ ਆ ਕਿ ਮੈਂ ਆਇਆ ਅਤੇ ਹੁਣ ਮੈਂ ਅਗਲਾ ਜਿਹੜਾ ਟੂਰ ਆ ਮੇਰਾ ਅਮੈਰੀਕਾ ਨੂੰ ਜਾ ਰਿਹਾ, ਮੈਂ ਕੈਨੇਡਾ ਨੂੰ ਜਾ ਰਿਹਾ, ਉੱਥੇ ਹੀ ਸੂਟ ਕੋਸ ਬਦਲੀ ਹੋ ਰਿਹਾ, ਜਿਵੇਂ ਫਿਲਮਾਂ 'ਚ ਨਹੀਂ ਕਰਦੇ ਹੁੰਦੇ ਆ ਹੀਰੇ ਕਹਾਂ ਆਇਆ ਤੇ ਪੈ ਆਪ ਲੋਕ ਵੋ ਪੈਸੋ ਸੇ ਭਰਾ ਹੁਆ ਸੂਟਕੇਸ ਉਧਰ ਦੇਖੇ ਔਰ ਕਪੜੋ ਸੇ ਭਰਾ ਹੁਆ ਔਰ ਇੱਕ ਖਾਲੀ ਅਗਲੀ ਵਾਰ ਪੈਸੇ ਦੇਨੇ ਕੇ ਲਈ ਆਪ ਰੱਖਤੇ ਹੋ। ਹਾਂ ਬਿਲਕੁਲ, ਯੇ ਲੋ ਨੋਟ ਤੇ ਹੀਰੇ ਕਹਾਂ ਆਇਆ ਦੋ ਉਹ ਦੂਸਰਾ ਸੂਟਕੇਸ ਦੇ ਦੋ। ਸੋ ਅਸੀਂ ਏਅਰਪੋਰਟ ਤੇ ਏਦਾਂ ਵੀ ਮਤਲਬ ਚਾਹ ਦਾ ਕਾਫੀ ਦਾ ਕੱਪ ਪੀ ਕੇ ਉੱਥੋਂ ਫਿਰ ਮਤਲਬ ਮੋੜ ਕੇ ਆਉਂਦੇ ਰਹੇ ਕਿ ਮੈਂ ਮੇਰੀ ਅਗਲੀ ਫਲਾਈਟ ਹੈ, ਕਿਉਂਕਿ ਮੈਨੂੰ ਅਗਲੇ ਕੱਪੜੇ ਫਿਰ ਚਾਹੀਦੇ, ਸਟੇਜ ਲਈ ਦੋ ਚਾਹੀਦੇ, ਦੂਸਰੇ ਚਾਹੀਦੇ ਆ। ਤੇ ਇੰਨਾ ਚਿਰ ਸੱਚੀ ਗੱਲ ਆ ਕਿ ਕਦੇ ਘਰੇ ਨਹੀਂ ਸੀ ਬੈਠੇ, ਤੇ ਪਰ ਹੁਣ ਅੱਛਾ ਖਾ ਖਾ ਕੇ ਹੀ ਬੰਦਾ ਸੋਚਦਾ ਨਾ ਹੁਣ ਕੀ ਖਾਈਏ, ਕੋਈ ਚੋਇਸ ਨਹੀਂ ਲੱਗ, ਪਤਾ ਨਹੀਂ ਲੱਗਦਾ, ਇੰਨੇ ਅੱਕ ਗਏ ਆ। ਔਰ ਦੂਸਰੀ ਗੱਲ ਜਿਹੜਾ ਫਿਟਿੰਗ ਦੀ ਦਿਲ ਕਹਿੰਦੇ ਵੀ ਜਿਹੜਾ ਫਿੱਟ ਤੁਸੀਂ ਰਹਿੰਦੇ, ਫਿੱਟ ਦਾ ਵੀ ਇਹੀ ਕਾਰਨ ਸੀ ਕਿ ਜਦੋਂ ਤੁਸੀਂ ਨੱਠ ਭੱਜ ਰਹਿਣਾ, ਫਿਕਰ ਰਹਿਣਾ, ਤੁਸੀਂ ਆਪਣੇ ਆਪ 'ਚ ਫਿੱਟ ਰਹਿੰਦੇ ਆ, ਤੇ ਜਦੋਂ ਤੁਸੀਂ ਘਰ ਬਹਿ ਜਾਂਦੇ ਆ ਫਿਰ ਸੁਸਤੀ ਪੈ ਜਾਂਦੀ ਆ, ਨਾ ਕੁਛ ਕਰਨ ਹੁੰਦਾ, ਤੇ ਤੁਸੀਂ ਮਤਲਬ ਸਵੇਰੇ ਉੱਠਦੇ ਆ ਖਾ ਪੀ ਕੇ ਫਿਰ ਬਹਿ ਜਾਂਦੇ ਆ, ਫਿਰ ਸ਼ਾਮ ਨੂੰ ਫਿਰ ਖਾ ਕੇ ਫਿਰ ਸੌ ਜਾਂਦੇ ਆ, ਫਿਰ ਫਿਰ ਕੋਈ ਇਦਾਂ ਲੱਗਦਾ ਕਿ ਪਤਾ ਨੀ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੇ ਅਸੀਂ ਨਿਆਣੇ ਆ, ਸਾਨੂੰ ਕੰਮ ਕਰਨ ਦੀ ਸ਼ਾਇਦ ਹੁਣ ਲੋੜ ਹੀ ਨਹੀਂ ਹੈਗੀ। ਨਹੀਂ, ਆਪ ਆਪਣੇ ਆਪ ਵਿੱਚ ਮਲਕੀ ਜੀ ਤੁਸੀਂ ਬਹੁਤ ਵੱਡੇ ਮਿਊਜ਼ਿਕ ਦੇ ਮਹਾਰਾਜੇ ਹੋ, ਠੀਕ ਹੈ, ਉਹਦੇ 'ਚ ਤਾਂ ਕੋਈ ਦੋ ਰਾਏ ਹੈ ਹੀ ਨਹੀਂ ਹੈਗੀ। ਜਿਹੜਾ ਤੁਸੀਂ ਮਿਊਜ਼ਿਕ ਨੂੰ, ਪੰਜਾਬੀ ਮਿਊਜ਼ਿਕ ਨੂੰ ਜਿਹੜੀ ਪੂਰ ਦੁਨੀਆ 'ਚ ਥਾਂ ਦਵਾਈ ਹੈਗੀ ਹੈ ਨਾ, ਪਿਓਰ ਮਿਊਜ਼ਿਕ, ਡਾਂਸ ਵੀ, ਤੇ ਉਹਦੇ 'ਚ ਇੱਕ ਸ਼ਾਨ ਦੇ ਨਾਲ, ਹੈ ਨਾ। ਬਿਲਕੁਲ ਜੀ, ਮੈਂ ਕੋਸ਼ਿਸ਼ ਇਹੀ ਕੀਤੀ ਹੈ ਜੀ ਕਿ ਲੋਕਾਂ ਨੂੰ, ਜਦੋਂ ਮੈਂ ਪਹਿਲੋਂ ਇੰਗਲੈਂਡ ਆਇਆ ਤਾਂ ਮੈਂ ਵੀ ਸੀਰੀਅਸ ਗਾਣੇ ਬਹੁਤ ਪਸੰਦ ਕਰਦਾ ਹੁੰਦਾ ਸੀ, ਲੇਕਿਨ ਮੈਂ ਸੋਚਦਾ ਸੀ ਮੈਂ ਲੋਕਾਂ ਨੂੰ ਬਿਠਾਲ ਕੇ ਮਤਲਬ ਸੁਣਾਊਂਗਾ। ਜਦੋਂ ਮੈਂ ਇੱਥੇ ਆ ਕੇ ਦੇਖਿਆ ਤਾਂ ਲੋਕ ਜਿਹੜੇ ਸੀਗੇ ਉਹ ਜਿਹੜੇ ਫੋਰਨ ਦੇ ਲੋਕ, ਕਿਉਂਕਿ ਉਹ ਡਾਂਸ ਮਿਊਜ਼ਿਕ ਜ਼ਿਆਦਾ ਪਸੰਦ ਕਰਦੇ ਜੀ, ਫਿਰ ਮੈਂ ਡਾਂਸ ਦੇ ਗੀਤ ਲਿਖਣੇ ਸ਼ੁਰੂ ਕੀਤੇ, ਜਿੱਦਾਂ ਹੁਣ ਕੌਣ ਅਸ਼ ਬਿਠਾ ਸੀ, ਫਿਰ ਮੈਂ ਕੁੜੀ ਕੱਢ ਕੇ ਕਾਲਜਾ ਲੈ ਗਈ, ਮਰ ਗਿਆ ਲੋਕੋ ਫਿਲਮ 'ਚ ਵੀ ਆਇਆ ਸੀ, ਉਹ ਮੇਰਾ ਸੈਕਿੰਡ ਹਿੱਟ ਸੀਗਾ, ਫਿਰ ਦੈਨ ਆਫਟਰ ਦੈਟ ਤੂਤਕ ਤੂਤਕ ਤੂਤੀਆਂ। ਸੋ ਫਿਰ ਮੈਂ ਇਹ ਸੋਚਿਆ ਕਿ ਤੁਸੀਂ ਜਦੋਂ ਵੈਡਿੰਗ ਹੁੰਦੀਆਂ ਨੇ ਤੇ ਵੈਡਿੰਗ ਦੇ ਵਿੱਚ ਲੋਕ ਜਿਹੜੇ ਆ ਉਹ ਫੈਮਿਲੀ ਸੌਂਗ ਫੈਮਿਲੀ ਸੌਂਗ ਆਰਟਿਸਟ ਆ ਕੋਈ ਹੈ ਹੀ ਨਹੀਂ, ਉਹਨੂੰ ਵੈਡਿੰਗ ਤੇ ਤੁਸੀਂ ਸੱਦਦੇ ਆ ਪਰ ਵੈਡਿੰਗ ਦਾ ਗਾਣਾ ਉਹਦੇ ਕੋਲ ਇੱਕ ਵੀ ਨਹੀਂ ਹੁੰਦਾ, ਉਹ ਉੱਥੇ ਆਣ ਕੇ ਬੰਦੂਕਾਂ ਵਾਲੇ ਜਾਂ ਡਾਂਗਾਂ ਵਾਲੇ ਗਾਣੇ ਸੁਣਾ ਰਿਹਾ, ਮੂਹਰੇ ਫੈਮਿਲੀ ਨੱਚ ਰਹੀ। ਸੋ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਕਿ ਮਾਮਾ ਬੜਾ ਗ੍ਰੇਟ, ਜੱਟਾ ਜਾਗ ਵੀ ਹੁਣ ਜਾਗੋ ਆਈ ਆ, ਹੋਰ ਗੀਤ ਜਿਹੜੇ ਚਿੱਟੇ ਚੌਲ ਜਿਹਨਾਂ ਨੇ ਪੁੰਨ ਕੀਤੇ ਸਾਡੇ ਕੋਲੇ, ਚੱਲ ਹੁਣ ਭੰਗੜਾ ਪਾਈਏ, ਹਾਂਜੀ
ਜਦੋਂ ਵੀ ਜਦੋਂ ਕੋਈ ਮੁੰਡਾ ਕੁੜੀ ਕੇਕ ਕੱਟਦੇ ਸੀਗੇ ਜਾਂ ਜਦੋਂ ਮੁੰਡਾ ਕੁੜੀ ਹਾਲ ਦੇ ਵਿੱਚ ਆਉਂਦੇ ਸੀ ਤੇ ਸਾਡੇ ਕੋਲ ਇੱਕੋ ਹੀ ਹਿੰਦੀ ਗਾਣਾ ਹੁੰਦਾ ਸੀ, ਤੇਰੀ ਰੱਬ ਨੇ ਬਣਾ ਦੀ ਜੋੜੀ ਤੂੰ ਹਾਂ ਕਰ ਨਾ ਕਰ ਯਾਰਾ ਬੋਲੇ ਜਰੂਰੀ ਰੱਖ। ਹਾਲਾਂਕਿ ਉਹ ਵਿਆਹ ਦਾ ਗੀਤ ਹੈ ਵੀ ਨਹੀਂ, ਉਹ ਵਿਆਹ ਦਾ ਗੀਤ ਨੀ ਹੈਗਾ, ਪਰ ਲੋਕਾਂ ਕੋਲ ਕਰਕੇ ਉਹਨੂੰ ਲੱਗਦਾ ਸੀ ਕਿ ਇਹੀ ਸ਼ਾਇਦ ਵਿਆਹ ਆ, ਲੱਗ ਜਾਏ ਹੱਥ ਕੜੀਆਂ ਤੇ ਇਹ, ਮਤਲਬ ਕੜੀਆਂ ਵਿਆਹ ਤੇ ਥੋੜੋ ਲੱਗਦੀਆਂ ਹੁੰਦੀਆਂ ਤੇ ਉਹ। ਪਰ ਮੈਨੂੰ, ਮੈਂ ਉੱਥੇ ਵੀ ਮੈਂ ਗਾਣਾ ਲਿਖਿਆ ਕਿ ਯਾਰ ਇਹ ਸਾਡੀ ਪੰਜਾਬੀ ਚ ਵੀ ਇੱਦਾਂ ਦਾ ਕੋਈ ਗਾਣਾ ਹੋਣਾ ਚਾਹੀਦਾ, ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ, ਉਹ ਸਾਰੇ ਫੇਰ ਮਤਲਬ ਜਿਹੜੇ ਆ ਲਾਉਣ ਲੱਗ ਪਏ ਅੱਜ ਵੀ ਜਦੋਂ ਮੁੰਡਾ ਕੁੜੀ ਅੰਦਰ ਆਉਂਦੇ ਆ ਕੇ ਕੱਟਦੇ ਆ ਜਾਂ ਕੁਛ ਕਰਦੇ ਆ। ਸੋ ਮੇਰੇ ਕਹਿਣ ਦਾ ਮਤਲਬ ਕਿ ਮੈਂ ਹਰ ਤਰ੍ਹਾਂ ਦੇ ਗਾਣੇ, ਕਿਉਂਕਿ ਮੈਂ ਖੁਦ ਲਿਖਦਾ ਵੀ ਹਾਂ, ਦੂਸਰੇ ਰਾਈਟਰਾਂ ਦੇ ਵੀ ਮੈਂ ਗੀਤ ਗਾਉਣਾ, ਲੇਕਿਨ ਮੈਂ ਖੁਦ ਵੀ ਲਿਖਦਾ ਤੇ ਉਹਦੇ ਕਰਕੇ ਮੈਨੂੰ ਪਤਾ ਆ ਕਿ ਜਦੋਂ ਤੁਸੀਂ ਸਟੇਜ ਤੇ ਹੁੰਦੇ ਆ ਤੇ ਸਟੇਜ ਤੋਂ ਲੋਕ ਹੀ ਤੁਹਾਨੂੰ ਇੱਕ ਤਰ੍ਹਾਂ ਦਾ ਆਈਡੀਆ ਦੇ ਜਾਂਦੇ ਵੀ ਕਿੱਦਾਂ ਦਾ ਉਹ ਪਸੰਦ ਕਰਦੇ ਆ। ਸੋ ਮੈਂ ਕੋਸ਼ਿਸ਼ ਕੀਤੀ ਆ ਹਰ ਵਰਗ ਨੂੰ ਖੁਸ਼ ਕਰਨ ਦਾ, ਬੱਚਿਆਂ ਨੂੰ ਵੀ, ਬਜ਼ੁਰਗਾਂ ਨੂੰ ਵੀ, ਸਾਡੇ ਵਿਚਾਰਲੇ ਬੰਦਿਆਂ ਨੂੰ। ਤੇ ਕਹਿੰਦੇ ਕਿ ਚਿੱਟੇ ਚਾਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ, ਤੇ ਜਿਨ੍ਹਾਂ ਨੇ ਵੈਸੇ ਬਹੁਤ ਪੁੰਨ ਕੀਤੇ ਤੇ ਉਹਨਾਂ ਦੇ ਘਰ ਮਲਕੀਤ ਜੀ ਵਰਗੇ ਆਏ, ਹੈ ਨਾ, ਉਹਨਾਂ ਪੇਰੈਂਟਸ ਦੇ ਘਰ।